ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਐਫਐਮ 100.2 ਮੈਗਾਹਰਟਸ ਦਾ ਵਕਤ ਮਿਲਾਓ ਜੀ ਸਵੇਰ ਦੇ 7:00 ਤੇ ਠੀਕ 30 ਸਕਿੰਟ ਹੋ ਚੁੱਕੇ ਨੇ ਪੇਸ਼ ਹੈ ਪ੍ਰੋਗਰਾਮ ਦਸਤਕ ਅੱਜ ਦਾ ਪ੍ਰੋਗਰਾਮ ਦਸਤਕ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੁਹਾਡਾ ਦੋਸਤ ਪ੍ਰਿਤਪਾਲ ਮਹਾਰਾਣਾ ਤੇ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਨੂੰ ਸੁਣਾ ਰਿਹਾ ਜੀ ਇੱਕ ਮੁਲਾਕਾਤ ਪੰਜਾਬੀ ਕੰਪਿਊਟਰ ਦੇ ਪਿਤਾਮਾ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਪ੍ਰੋਫੈਸਰ ਅਤੇ ਮੁਖੀ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਸ ਅਤੇ ਡਾਇਰੈਕਟਰ ਐਡਵਾਂਸ ਸੈਂਟਰ ਫਾਰ ਟੈਕਨੀਕਲ ਡਿਵੈਲਪਮੈਂਟ ਆਫ ਪੰਜਾਬੀ ਲੈਂਗੁਏਜ ਲਿਟਰੇਚਰ ਐਂਡ ਕਲਚਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਇਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਅਮਰਜੀਤ ਸਿੰਘ ਵੜੈਚ ਅੱਜ ਅਸੀਂ ਆਪਣੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਹੋਣਾ ਨੂੰ ਜੀ ਆਇਆਂ ਕਹਿੰਦੇ ਹਾਂ ਜੋ ਕਿ ਕੰਪਿਊਟਰ ਦੇ ਖੇਤਰ ਦੇ ਵਿੱਚ ਇੱਕ ਜਾਣੀ ਪਛਾਣੀ ਸ਼ਖਸੀਅਤ ਨੇ ਸਾਡੇ ਇਸ ਖਿੱਤੇ ਦੇ ਵਿੱਚ ਅਤੇ ਜੋ ਕੰਮ ਇਹਨਾਂ ਨੇ ਕੀਤੇ ਹੈ ਉਹਦੇ ਨਾਲ ਇਹਨਾਂ ਦਾ ਵਿਸ਼ਵ ਪੱਧਰ ਦੇ ਉੱਤੇ ਨਾਮ ਜਿਹੜਾ ਉਹ ਜਾਣਿਆ ਜਾ ਰਿਹਾ ਹੈ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਜੋ ਕਿ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਭਾਸ਼ਾ ਸਾਹਿਤ ਦੇ ਵਿਕਾਸ ਦੇ ਲਈ ਇੱਕ ਵਿਸ਼ੇਸ਼ ਤਕਨੀਕੀ ਤੌਰ 'ਤੇ ਇਸ ਭਾਸ਼ਾ ਨੂੰ ਅੱਗੇ ਲਿਜਾਣ ਵਾਸਤੇ ਜਿਹੜਾ ਵਿਭਾਗ ਬਣਾਇਆ ਗਿਆ ਉਹਦੇ ਮੁਖੀ ਨੇ ਅਤੇ ਇੱਥੇ ਪੰਜਾਬੀ ਨੂੰ ਅੱਜ ਨਵੀਨ ਯੁੱਗ ਦੀਆਂ ਲੀਹਾਂ ਦੇ ਉੱਤੇ ਚਲਾਉਣ ਲਈ ਜਿੰਨਾ ਕਾਰਜ ਡਾਕਟਰ ਲਹਿਲ ਨੇ ਕੀਤਾ ਹੈ ਉਹਨਾਂ ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਕਰਦਾ ਸੋ ਡਾਕਟਰ ਲਹਿਲ ਨੂੰ ਅਸੀਂ ਆਪਣੇ ਇਸ ਪ੍ਰੋਗਰਾਮ ਵਿੱਚ ਆਪਣੇ ਸਰੋਤਿਆਂ ਵੱਲੋਂ ਜੀ ਆਇਆਂ ਡਾਕਟਰ ਸਾਹਿਬ ਅਸੀਂ ਤੁਹਾਨੂੰ ਕਹਿੰਦੇ ਹਾਂ ਮੇਰਾ ਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਸੀਂ ਮੈਨੂੰ ਮੌਕਾ ਦਿੱਤਾ ਇੱਥੇ ਆ ਕੇ ਸਰੋਤਿਆਂ ਨੂੰ ਮੁਖਾਤਿਬ ਹੋਣ ਦਾ ਡਾਕਟਰ ਸਾਹਿਬ ਨੇ ਜਿੱਥੇ ਪੰਜਾਬੀ ਦੇ ਲਈ ਬਹੁਤ ਸਾਰਾ ਕੰਮ ਕੀਤਾ ਹੈ ਉੱਥੇ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਕੁਝ ਸਮਾਂ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਜਦੋਂ ਕੰਪਿਊਟਰ ਦਾ ਨਾਂ ਸੁਣਦੇ ਸੀ ਤੇ ਕਿਹਾ ਜਾਂਦਾ ਸੀ ਕਿ 10 ਸਾਲਾਂ ਬਾਅਦ ਇੱਕ ਸਮਾਂ ਐਸਾ ਆਏਗਾ ਵੀ ਕੋਈ ਵੀ ਵਿਭਾਗ ਕੋਈ ਵੀ ਥਾਂ ਕੋਈ ਵੀ ਘਰ ਐਸਾ ਨਹੀਂ ਹੋਏਗਾ ਜਿੱਥੇ ਕੰਪਿਊਟਰ ਨਹੀਂ ਹੋਏਗਾ ਕੰਪਿਊਟਰ ਦੇ ਬਗੈਰਾ ਗੁਜ਼ਾਰਾ ਨਹੀਂ ਹੋਏਗਾ ਔਰ ਸਾਨੂੰ ਉਦੋਂ ਇਹ ਗੱਲ ਸ਼ਾਇਦ ਸੱਚੀ ਨਹੀਂ ਸੀ ਲੱਗਦੀ ਇੱਕ ਸੁਪਨਾ ਲੱਗਦੀ ਸੀ ਪਰ ਅੱਜ ਇਹ ਸੱਚਮੁੱਚ ਹਕੀਕਤ ਬਣ ਚੁੱਕੀ ਹੈ ਕੰਪਿਊਟਰ ਨੇ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਆਪਣਾ ਥਾਂ ਬਣਾ ਲਿਆ ਹੋਇਆ ਔਰ ਕੰਪਿਊਟਰ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈਗਾ ਬੱਸ ਸਟੈਂਡਾਂ 'ਤੇ ਰੇਲਵੇ ਸਟੇਸ਼ਨ ਘਰਾਂ ਦੇ ਵਿੱਚ ਦਫ਼ਤਰਾਂ ਵਿੱਚ ਦੁਕਾਨਾਂ ਦੇ ਉੱਤੇ ਯੂਨੀਵਰਸਿਟੀਆਂ ਵਿੱਚ ਰਿਸਰਚ ਸੈਂਟਰ ਵਿੱਚ ਜਹਾਜ਼ਾਂ 'ਚ ਕਹਿਣ ਦਾ ਭਾਵ ਕਿ ਕੰਪਿਊਟਰ ਇਸ ਵਕਤ ਉਸ ਥਾਂ ਥਾਂ ਪਹੁੰਚ ਚੁੱਕਿਆ ਜਿੱਥੇ ਮਨੁੱਖ ਪਹੁੰਚਿਆ ਬਲਕਿ ਮਨੁੱਖ ਤੋਂ ਵੀ ਅੱਗੇ ਪਹੁੰਚ ਰਿਹਾ ਕੰਪਿਊਟਰ ਨੇ ਬਹੁਤ ਕੁਝ ਕੀਤਾ ਜਿੱਥੋਂ ਤੱਕ ਗੱਲ ਸੀਗੀ ਕਿ ਕੰਪਿਊਟਰ 10 ਸਾਲਾਂ ਬਾਅਦ ਸਾਡੀ ਭਾਸ਼ਾ ਦੇ ਵਿੱਚ ਕੀ ਕਰੇਗਾ ਇਹ ਸੱਚਮੁੱਚ ਇੱਕ ਚਿੰਤਾ ਦਾ ਵਿਸ਼ਾ ਸੀ ਇੱਕ ਸਮੇਂ 'ਤੇ ਜਾ ਕੇ ਕਿ ਜਿਹੜੀਆਂ ਭਾਸ਼ਾਵਾਂ ਕੰਪਿਊਟਰ ਦੀ ਰੇਲਿੰਗ ਦੇ ਉੱਤੇ ਨਹੀਂ ਚੱਲਣਗੀਆਂ ਉਹ ਸ਼ਾਇਦ ਭਾਸ਼ਾਵਾਂ ਖਤਮ ਹੋ ਜਾਣਗੀਆਂ ਔਰ ਪਿਛਲੇ ਸਮੇਂ ਦੇ ਵਿੱਚ ਇਹ ਖਦਸ਼ਾ ਵੀ ਪ੍ਰਗਟ ਕੀਤਾ ਗਿਆ ਵਿਸ਼ਵ ਪੱਧਰ 'ਤੇ ਕਿ ਪੰਜਾਬੀ ਆਉਣ ਵਾਲੇ ਸਮਿਆਂ ਵਿੱਚ ਸ਼ਾਇਦ ਖਤਮ ਹੋ ਜਾਏਗੀ ਪਰ ਡਾਕਟਰ ਲਹਿਲ ਹੋਣਾ ਦੀ ਇਹ ਮੈਂ ਸਮਝਦਾ ਬਹੁਤ ਵੱਡੀ ਪ੍ਰਾਪਤੀ ਹੈ ਡਾਕਟਰ ਸਾਹਿਬ ਤੁਹਾਡੀ ਕਿ ਤੁਸੀਂ ਕੰਪਿਊਟਰ ਦੇ ਵਿੱਚ ਪੰਜਾਬੀ ਸੋਫਟਵੇਅਰ ਬਣਾ ਕੇ ਪੰਜਾਬੀ ਨੂੰ ਅੰਤਰਰਾਸ਼ਟਰੀ ਭਾਸ਼ਾ ਬਣਾ ਕੇ ਇੰਟਰਨੈੱਟ ਦੇ ਉੱਤੇ ਪਾ ਦਿੱਤਾ ਹੈ ਔਰ ਡਾਕਟਰ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਇਹਦਾ ਇੱਕ ਸਰਚ ਇੰਜਣ ਵੀ ਪੰਜਾਬੀ 'ਚ ਬਣਾਇਆ ਇਹ ਪ੍ਰਾਪਤੀਆਂ ਅਸੀਂ ਡਾਕਟਰ ਸਾਹਿਬ ਦੇ ਮੂੰਹੋਂ ਹੀ ਸੁਣਾਂਗੇ ਕਿ ਕਿਹੜੇ ਕਿਹੜੇ ਮੁਸ਼ਕਲਾਂ ਦੇ ਵਿੱਚੋਂ ਕਿਹਨਾਂ ਕਿਹਨਾਂ ਸਥਿਤੀਆਂ 'ਚੋਂ ਲੰਘ ਕੇ ਇਹਨਾਂ ਨੇ ਇੰਨਾ ਕੁਝ ਕੀਤਾ ਪਰ ਸਭ ਤੋਂ ਪਹਿਲਾਂ ਅਸੀਂ ਡਾਕਟਰ ਸਾਹਿਬ ਜਾਣਨਾ ਚਾਹਾਂਗੇ ਉਸ ਸ਼ਖਸੀਅਤ ਬਾਰੇ ਕਿ ਤੁਹਾਡਾ ਪਿਛੋਕੜ ਜਿਹੜਾ ਉਹ ਕਿੱਥੇ ਪਲੇ ਜੰਮੇ ਕਿੰਨਾ ਗਲੀਆਂ 'ਚ ਖੇਡ ਕੇ ਅਤੇ ਤੁਸੀਂ ਯੂਨੀਵਰਸਿਟੀ 'ਚੋਂ ਹੁੰਦੇ ਹੋਏ ਹੁਣ ਤੁਸੀਂ ਵਿਸ਼ਵ ਪੱਧਰ 'ਤੇ ਆਪਣਾ ਨਾਮ ਜਿਹੜਾ ਉਹ ਬਣਾਇਆ ਮੇਰਾ ਬਚਪਨ ਤਾਂ ਬੰਗਾਲ 'ਚ ਹੋਇਆ ਸੀਗਾ ਗੁਜ਼ਰਿਆ ਸੀਗਾ ਜਿੱਥੇ ਕਿ ਬਚਪਨ 'ਚ ਸਾਨੂੰ ਉੱਥੇ ਬੰਗਲਾ ਸਿੱਖਣੀ ਪੈਂਦੀ ਸੀਗੀ ਅਤੇ ਮੈਂ 6ਵੀਂ ਤੱਕ ਬੰਗਲਾ ਪੜ੍ਹੀ ਵੀ ਹੈਗੀ ਆ ਅਤੇ ਉੱਥੇ ਮੈਨੂੰ ਫਿਰ
ਉਹਨਾਂ ਦੀ ਕਲਚਰ ਅਤੇ ਉਹਨਾਂ ਦਾ ਭਾਸ਼ਾ ਦਾ ਜੋ ਬੰਗਾਲੀਆਂ ਦਾ ਪਿਆਰ ਹੈਗਾ ਉਹ ਵੀ ਇੱਕ ਬੜੀ ਅੱਛੀ ਸਿੱਖਿਆ ਮਿਲੇਗੀ ਸਾਨੂੰ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਪਿਆਰ ਹੋਣਾ ਚਾਹੀਦਾ ਹੈਗਾ ਆ ਉਸੇ ਚੀਜ਼ ਨੂੰ ਅਸੀਂ ਅੱਗੇ ਕੈਰੀ ਵੀ ਕੀਤਾ ਅਤੇ ਉਸ ਤੋਂ ਬਾਅਦ ਬਾਅਦ ਦੀ ਜਿਹੜੀ ਸਕੂਲੀ ਸਿੱਖਿਆ ਹੈਗੀ ਉਹ ਚੰਡੀਗੜ੍ਹ ਵਿੱਚ ਕੀਤੀ ਸੀਗੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ MSc ਮੈਥਮੈਟਿਕਸ ਕੀਤੀ ਸੀਗੀ ਉਸ ਤੋਂ ਬਾਅਦ ਫਿਰ ਮੈਂ ਥਾਪਰ ਤੋਂ MTech ਕੀਤੀ ਕੰਪਿਊਟਰ ਸਾਇੰਸ ਦੀ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮੈਂ PhD ਕੀਤੀ ਸੀਗੀ ਕੰਪਿਊਟਰ ਸਾਇੰਸ ਵਿੱਚ ਹੀ ਅਤੇ ਪਿਛਲੇ 20 ਸਾਲਾਂ ਤੋਂ ਮੈਂ ਪਟਿਆਲੇ ਦਾ ਹੀ ਵਾਸੀ ਹੈਗਾ ਮੈਂ ਥਾਪਰ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਇਹਨਾਂ ਦੇ ਵਿੱਚ ਹੀ ਸ਼ਟਲ ਕਰਦਾ ਰਿਹਾ ਜੋਬਸ 10 ਕੁ ਸਾਲ ਮੇਰੀ ਯੂਨੀਵਰਸਿਟੀ ਦੀ ਜੋਬ ਹੋ ਗਈ ਹੈ ਅਤੇ 10 ਕੁ ਸਾਲ ਮੈਂ ਥਾਪਰ 'ਚ ਲਗਾਏ ਹੈਗੇ ਆ ਜੀ ਡਾਕਟਰ ਸਾਹਿਬ ਤੁਸੀਂ ਸ਼ੁਰੂਆਤ ਜਿਵੇਂ ਕੀਤੀ ਹੈ ਕਿ ਵੈਸਟ ਬੰਗਾਲ ਤੋਂ ਸ਼ੁਰੂਆਤ ਹੋਈ ਕਿਸ ਸਬੱਬ ਨਾਲ ਤੁਸੀਂ ਉੱਥੇ ਗਏ ਮੇਰੇ ਪਿਤਾ ਜੀ ਰੇਲਵੇਜ਼ ਵਿੱਚ ਜੋਬ ਕਰਦੇ ਸੀਗੇ ਇਸ ਕਰਕੇ ਉਹਨਾਂ ਦੀ ਪੋਸਟਿੰਗ ਵੈਸਟ ਬੰਗਾਲ 'ਚ ਸੀਗੀ ਜੀ ਤਾਂ ਅਸੀਂ ਬੰਗਾਲ 'ਚ ਰਹੇ ਸੀਗੇ ਜੀ ਸੋ ਡਾਕਟਰ ਸਾਹਿਬ ਇਹ ਜਿਹੜਾ ਤੁਸੀਂ ਪ੍ਰੋਜੈਕਟ ਦਿੱਤਾ ਹੈ ਪੰਜਾਬੀ ਜਗਤ ਨੂੰ ਇੱਕ ਸੱਚਮੁੱਚ ਇੱਕ ਵਿਲੱਖਣ ਤੁਹਾਡੀ ਪੇਸ਼ਕਸ਼ ਹੈ ਔਰ ਜਿਹਨੇ ਪੂਰੀ ਦੁਨੀਆ ਨਾਲ ਸਾਨੂੰ ਜੋੜ ਦਿੱਤਾ ਹੈ ਇਹਦੇ ਬਾਰੇ ਅਸੀਂ ਵਿਸਥਾਰ 'ਚ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਸੋਫਟਵੇਅਰ ਤੁਸੀਂ ਤਿਆਰ ਕੀਤਾ ਹੈ ਅੱਖਰ ਨਾਂ ਦਾ ਜਿਹਨੇ ਪੰਜਾਬੀ ਨੂੰ ਨੈੱਟ ਇੰਟਰਨੈੱਟ ਦੇ ਉੱਤੇ ਲਿਆ ਕੇ ਬਹੁਤ ਸੌਖਾ ਕੁਝ ਕਰ ਦਿੱਤਾ ਹੈ ਇਹ ਪ੍ਰੋਜੈਕਟ ਦੀ ਜਿਹੜੀ ਸ਼ੁਰੂਆਤ ਕਿਵੇਂ ਹੋਈ ਅਤੇ ਇਹਦਾ ਉਦੇਸ਼ ਜਿਹੜਾ ਉਹ ਕੀ ਰਿਹਾ ਜਦੋਂ ਮੈਂ PhD ਸ਼ੁਰੂ ਕਰਨੀ ਸੀਗੀ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਹੋਣ ਕਰਕੇ ਮੈਂ ਮਨ ਇਹ ਸੀਗਾ ਵੀ ਕੰਪਿਊਟਰ ਸਾਇੰਸ ਵਿੱਚ ਕਿਸੇ ਐਸੇ ਵਿਸ਼ੇ 'ਤੇ PhD ਕੀਤੀ ਜਾ ਸਕੇ ਜਿਹਦੇ ਵਿੱਚ ਕਿ ਪੰਜਾਬੀ ਦੀ ਕੋਈ ਐਪਲੀਕੇਸ਼ਨ ਹੋਵੇ ਅਤੇ ਮੈਂ ਗੁਰਮੁਖੀ ਦਾ OCR ਵਿਕਾਸ ਕਰਨ ਦੇ ਵਿਸ਼ੇ ਦੇ ਉੱਪਰ PhD ਕੀਤੀ ਹੈਗੀ ਆ ਅਤੇ ਉਦੋਂ ਫਿਰ ਮੈਨੂੰ ਪਹਿਲੀ ਵਾਰ ਪੰਜਾਬੀ ਕੰਪਿਊਟਰ ਉੱਪਰ ਵਰਤਣੀ ਪਈ ਅਤੇ ਤਾਂ ਮੈਨੂੰ ਸਮੱਸਿਆਵਾਂ ਦਾ ਪਤਾ ਲੱਗਿਆ ਮੈਨੂੰ ਪਤਾ ਲੱਗਿਆ ਵੀ ਪੰਜਾਬੀ ਦਾ ਕੋਈ ਸਟੈਂਡਰਡ ਕੀਬੋਰਡ ਨਹੀਂ ਹੈਗਾ ਪੰਜਾਬੀ ਦਾ ਕੋਈ ਸਟੈਂਡਰਡ ਫੌਂਟ ਕਨਵਰਟਰ ਨਹੀਂ ਹੈਗਾ ਪੰਜਾਬੀ ਦਾ ਕੋਈ ਸਪੈਲ ਚੈੱਕਰ ਨਹੀਂ ਹੈਗਾ ਆ ਮੁਕਦੀ ਗੱਲ ਇਹ ਸੀਗੀ ਵੀ ਪੰਜਾਬੀ 'ਚ ਸਿਰਫ ਕੁਛ ਫੌਂਟਾਂ ਦਾ ਵਿਕਾਸ ਹੋਇਆ ਸੀਗਾ ਉਸ ਦੇ ਇਲਾਵਾ ਪੰਜਾਬੀ ਦਾ ਕੋਈ ਵੀ ਇਸ ਤਰ੍ਹਾਂ ਦਾ ਸੋਫਟਵੇਅਰ ਨਹੀਂ ਸੀਗਾ ਜਿਹਦੇ ਨਾਲ ਕਿ ਅਸੀਂ ਪੰਜਾਬੀ ਸੌਖੇ ਤਰੀਕੇ ਨਾਲ ਵਰਤ ਸਕੀਏ ਅਤੇ ਉਸੇ ਚੀਜ਼ ਨੂੰ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੰਜਾਬੀ ਦਾ ਵਰਡ ਪ੍ਰੋਸੈਸਰ ਬਣਾਇਆ ਜਿਹਦੇ ਵਿੱਚ ਕਿ ਪੰਜਾਬੀ ਦਾ ਸਪੈਲ ਚੈੱਕਰ ਹੈਗਾ ਆ ਪੰਜਾਬੀ ਦੇ ਫੌਂਟਸ ਇੱਕ ਫੌਂਟ ਤੋਂ ਦੂਜੇ ਫੌਂਟ ਕਨਵਰਸ਼ਨ ਦੀ ਫੈਸਿਲਿਟੀ ਹੈਗੀ ਆ ਅਤੇ ਇੱਕ ਜਿਹੜੀ ਫੈਸਿਲਿਟੀ ਜਿਹੜੀ ਕਿ ਮੈਨੂੰ ਲੱਗਦਾ ਵੀ ਜਿਹਦੀ ਬਹੁਤ ਜ਼ਿਆਦਾ ਜ਼ਰੂਰਤ ਅੱਜ ਕੱਲ੍ਹ ਵੀ ਹੈਗੀ ਆ ਉਹ ਹੈਗੀ ਪੰਜਾਬੀ ਟਾਈਪਿੰਗ ਦੀ ਫੈਸਿਲਿਟੀ ਕਿਉਂਕਿ ਜਿਹਨੇ ਵੀ ਕੰਪਿਊਟਰ ਦੇ ਉੱਪਰ ਟਾਈਪ ਕਰਨਾ ਹੈਗਾ ਪਹਿਲੀ ਸਮੱਸਿਆ ਜਿਹੜੀ ਉਹਨੂੰ ਆਉਂਦੀ ਆ ਉਹ ਹੈਗੀ ਵੀ ਪੰਜਾਬੀ ਕਿਵੇਂ ਟਾਈਪ ਕਰੇ ਪੰਜਾਬੀ ਦੇ ਇੰਨੇ ਇੰਨੇ ਡਿਫਰੈਂਟ ਕੀਬੋਰਡਸ ਹੈਗੇ ਇੰਨੇ ਡਿਫਰੈਂਟ ਫੌਂਟਸ ਹੈਗੇ ਆ ਅਤੇ ਉਹਨੂੰ ਸਮਝ ਨਹੀਂ ਆਉਂਦਾ ਵੀ ਕਿਸ ਤਰ੍ਹਾਂ ਉਹ ਟਾਈਪ ਕਰੇ ਅਗਰ ਉਹ ਇੱਕ ਫੌਂਟ 'ਚ ਟਾਈਪ ਕਰਨ ਦਿੰਦਾ ਤਾਂ ਦੂਜੇ ਫੌਂਟ 'ਚ ਨਹੀਂ ਪੜ੍ਹਿਆ ਜਾਂਦਾ ਅਤੇ ਬਾਕੀ ਜਿਵੇਂ ਕਿ ਅਸੀਂ ਜਾਣਦੇ ਹਾਂ ਜਦੋਂ ਕੰਪਿਊਟਰ ਦਾ ਇਜਾਦ ਹੋਇਆ ਉਹ ਸਿਰਫ ਵੈਸਟਰਨ ਦੁਨੀਆ 'ਚ ਹੋਇਆ ਸੀਗਾ ਅਤੇ ਉਹ ਅੰਗਰੇਜ਼ੀ ਨੂੰ ਮੁੱਖ ਅੱਗੇ ਰੱਖ ਕੇ ਬਣਾਇਆ ਗਿਆ ਉਹਦਾ ਨਤੀਜਾ ਇਹ ਹੋਇਆ ਕਿ ਸਾਡੇ ਕੋਲ ਜਿਹੜੇ ਕੀਬੋਰਡ ਆ ਅੱਜ ਵੀ ਜਿਹੜੇ ਅਸੀਂ ਵਰਤਦੇ ਹਾਂ ਉਹ ਅੰਗਰੇਜ਼ੀ ਵਾਲੇ ਹੀ ਆ ਅਤੇ ਸਾਨੂੰ ਅਗਰ ਉਹਨਾਂ ਅੰਗਰੇਜ਼ੀ ਵਾਲੇ ਕੀਬੋਰਡ ਦੇ ਉੱਪਰ ਪੰਜਾਬੀ ਟਾਈਪ ਕਰਨੀ ਪਵੇ ਉਹ ਆਪਣੇ ਆਪ 'ਚ ਇੱਕ ਬੜਾ ਵੱਡਾ ਚੈਲੰਜ ਹੁੰਦਾ ਆ ਜੀ ਅਤੇ ਉਹਦੇ ਲਈ ਫਿਰ ਅਸੀਂ ਕੋਸ਼ਿਸ਼ ਇਹੀ ਕੀਤੀ ਕਿ ਪੰਜਾਬੀ ਅਸੀਂ ਰੋਮਨ 'ਚ ਟਾਈਪ ਕਰ ਲਈਏ ਤਾਂ ਉਹ ਆਪਣੇ ਆਪ ਗੁਰਮੁਖੀ ਵਿੱਚ ਨਜ਼ਰ ਆ ਜਾਂਦੀ ਆ ਇਹ ਵਾਲੀ ਟੈਕਨੋਲੋਜੀ ਵੈਸੇ ਹੁਣ ਬਾਕੀ ਭਾਸ਼ਾ ਵਾਲੇ ਵੀ ਕਾਫੀ ਪ੍ਰਚਲਿਤ ਹੋਣ ਲੱਗੀ ਆ ਈਵਨ ਗੂਗਲ ਯਾਹੂ ਸਾਰਿਆਂ ਨੇ ਹੁਣ ਇਹ ਫੈਸਿਲਿਟੀ ਦੇਣੀ ਸ਼ੁਰੂ ਕਰ ਦਿੱਤੀ ਆ ਕਿ ਅਸੀਂ ਅਗਰ ਹਿੰਦੀ ਜਾਂ ਤਾਮਿਲ ਟਾਈਪ ਕਰਨੀ ਆ ਤਾਂ ਅਸੀਂ ਰੋਮਨ 'ਚ ਟਾਈਪ ਕਰਦੇ ਹਾਂ ਉਹਨਾਂ ਭਾਸ਼ਾਵਾਂ 'ਚ ਟਾਈਪ ਹੋ ਜਾਂਦੀ ਆ ਇਹੀ ਫੈਸਿਲਿਟੀ ਅਸੀਂ ਆਪਣੇ ਵਰਡ ਪ੍ਰੋਸੈਸਰ 'ਚ ਦਿੱਤੀ ਆ ਕਿ ਅਸੀਂ ਰੋਮਨ 'ਚ ਲਿਖੀਏ ਰੋਮਨ ਦਾ ਮਤਲਬ ਕਿ ਮੈਂ ਭਾਸ਼ਾ ਪੰਜਾਬੀ ਹੋਏਗੀ ਪਰ ਮੈਂ ਲਿਖਾਂਗਾ ਅੰਗਰੇਜ਼ੀ ਜਿਵੇਂ ਮੈਂ ਲਿਖਦਾ ਕੀ ਹਾਲ ਹੈ ਤਾਂ ਮੈਂ ਉਹਨੂੰ KI ਕੀ HALL ਹਾਲ HAI ਹੈ ਇਸ ਤਰ੍ਹਾਂ ਲਿਖਾਂਗਾ ਔਰ ਜਿੱਦਾਂ ਮੈਂ ਰੋਮਨ 'ਚ ਲਿਖਾਂਗਾ ਕੰਪਿਊਟਰ ਆਪਣੇ ਆਪ ਉਹਨੂੰ ਪਹਿਚਾਣ ਕੇ ਗੁਰਮੁਖੀ ਵਿੱਚ ਕਨਵਰਟ ਕਰ ਦੇਗਾ ਇਹਦੇ ਨਾਲ ਸਾਡੀ ਜਿਹੜੀ ਟਾਈਪਿੰਗ ਦੀ ਸਮੱਸਿਆ ਵੀ ਸੌਖੀ ਹੋ ਜਾਂਦੀ ਆ ਅਤੇ ਸਪੈਲ ਚੈੱਕ ਦੀ ਵੀ ਸਮੱਸਿਆ ਸੌਖੀ ਹੋ ਜਾਂਦੀ ਕਿਉਂਕਿ ਕੰਪਿਊਟਰ ਆਪਣੇ ਆਪ ਹੀ ਸਹੀ ਸਪੈਲਿੰਗ ਵੀ ਲਗਾ ਲੈਂਦਾ ਹੈਗਾ ਸਿਹਾਰੀ ਆ ਬਿਹਾਰੀ ਔਂਕੜ ਦੁਲੈਂਕੜ ਕਿੱਥੇ ਕਿੱਦਾਂ ਲਾਉਣਾ ਹੈਗਾ ਉਹ ਵੀ ਕੰਪਿਊਟਰ ਆਪਣੇ ਆਪ ਜੱਜ ਕਰ ਲੈਂਦਾ ਆ ਸੋ ਇਹ ਹੈ ਕਿ ਬੰਦੇ ਨਾਲੋਂ ਵੀ ਜ਼ਿਆਦਾ ਸਿਆਣਾ ਹੋ ਗਿਆ ਕੰਪਿਊਟਰ ਬੰਦੇ ਨਾਲ ਸਿਆਣਾ ਨਹੀਂ ਹੋ ਸਕਦਾ ਸਿਰਫ ਕੰਪਿਊਟਰ ਦੇ ਵਿੱਚ ਦੋ ਖਾਸੀਅਤਾਂ ਜਿਹਨਾਂ ਕਰਕੇ ਸਾਨੂੰ ਲੱਗਦਾ ਵੀ ਸਿਆਣਾ ਆ ਇੱਕ ਤਾਂ ਇਹ ਆ ਵੀ ਕੰਪਿਊਟਰ ਗਲਤੀ ਨਹੀਂ ਕਰਦਾ ਦੂਜਾ ਇਹ ਵੀ ਉਹਦੇ 'ਚ ਮੈਮਰੀ ਬਹੁਤ ਜ਼ਿਆਦਾ ਹੈਗੀ ਆ ਉਹਦੀ ਸਪੀਡ ਬਹੁਤ ਜ਼ਿਆਦਾ ਬੇਸਿਕਲੀ ਸਪੀਡ ਅਤੇ ਮੈਮਰੀ ਕਰਕੇ ਉਹ ਬਹੁਤ ਸਾਨੂੰ ਲੱਗਦਾ ਵੀ ਬਹੁਤ ਛੇਤੀ ਚੀਜ਼ਾਂ ਕਰ ਰਿਹਾ ਹੁਣ ਜਿਵੇਂ ਕਿ ਮੈਂ ਦੱਸਿਆ ਵੀ ਸਪੈਲ ਚੈਕਿੰਗ ਕਰ ਸਕਦਾ ਗਲਤੀਆਂ ਕੱਢ ਸਕਦਾ ਉਹਦੇ ਲਈ ਅਸੀਂ ਕੀ ਕੀਤਾ ਹੈਗਾ ਵੀ ਉਹਨੂੰ ਅਸੀਂ ਬਹੁਤ ਵੱਡਾ ਇੱਕ ਡੇਟਾਬੇਸ ਅਸੀਂ
एक करोड़ तो वध शब्द जड़े है कंप्यूटर च भर दिते है तो उन्होंने शब्दों के बेसिस उपर कंप्यूटर अपने आप गलतियां साड़ी सुधार देता है क्योंकि कंप्यूटर इन्ना फास्ट है इसलिए फटाफट एक करोड़ शब्दों में कोई भी असं गलती करिए लभ लेंदा है जिहड़ी कि आम बंदे लई बड़ी मुश्किल लगती हैगी है। जी डॉक्टर साहब यह तो बहुत तुसी वधिया जिहड़ा उपराला किया और मैं समझदा कि जदों भी कोई पंजाबी दे विच मैं समझदा कि गल करदा है कंप्यूटर की तो डॉक्टर लहल का नाँ जिहड़ा आउंदा है और मैं इहदे नाल इह दसना चाहवांगा साडे सुनण वालियां नूं कि पंजाबी यूनिवर्सिटी पटियाला की जिहड़ी स्थापना हुई सी जदों इहदा एक्ट बनाया गया सी इहनूं बनाउण वास्ते तां उहदे विच मकसद रख्या गया सी उद्देश रख्या गया सी कि इह यूनिवर्सिटी पंजाबी भाषा दे विकास लई जिहड़ी आ उह कम करेगी। सुनने वाले की जानकारी लिए दस दिए कि दुनिया की यह दूसरी यूनिवर्सिटी आ जिहड़ी भाषा के नाँ के उत्ते बनी है। इस तो पहला एक यूनिवर्सिटी इजराइल दे विच है ते दूसरी यूनिवर्सिटी ये है। सो पंजाबी भाषा के विकास लिए पिछले लंबे समय के डॉक्टर साहब बहुत कम यूनिवर्सिटी ने किया कि जिन्हिया भी किताबा वर्ल्ड क्लासिक सीगियां वह पंजाबी दे विच अनुवाद कराई गई। इस तरह साइंस दियां किताबा भी अनुवाद कराई गई और भाषा के मीडियम कन्वर्शन स्कीम चलाई गई जिदे बहुत सारे इनाम दे के किताबा भी छपाई गई। पर एक समा आ गया जो ये लग रहा है जो कंप्यूटर चारे पासे आ गया सी ते लग रहा है कि यूनिवर्सिटी का जिहड़ा उद्देश सी वह शायद ठप हो जाएगा पर तुहाडे वल्लों ये अखर सॉफ्टवेयर तैयार करन दे नाल यूनिवर्सिटी के जिहड़े बनाउण वालिया ने यह उद्देश मन च रख्या सी उदों कि पंजाबी भाषा नूं विकास करना है वह मैं समझदा सही रूप में हुण अमल में आया जदों कि पंजाबी भाषा अखर तुहाडे सॉफ्टवेयर के जरिए पूरी दुनिया में जी पहुँच गई हुई है और हर एक थां दे उत्ते जिहड़ी इहदी वरतों की जा रही है। ये जिहड़ा अखर तुसी सॉफ्टवेयर तैयार किया जाए ये नाल तुसी होर भी बहुत सर्च इंजन भी तुसी पंजाबी दे विच बनाया इहदा प्रोसैस किन्ना क लम्मा रहा किन्ने क लोग जुड़े रहे इहदे नाल और किस किस्म दीआं समस्यावां तुहानूं जिहड़ियां आईआं। मैं थोड़ा ब्रीफली अपने सेंटर बारे दसना चाहांगा। जी सन 2004 विच साडा इह सेंटर इस्टैबलिश होया सीगा जिहदा कि मुख उद्देश यही सीगा कि किवें इस कंप्यूटर दे युग विच असीं पंजाबी नूं कंप्यूटर दा हाणी बना सकीए अते किवें कंप्यूटर अते इंटरनैट राहीं असीं पंजाबी दा फैला ते विकास कर सकीए। इस दे विच काफ़ी होर भी प्रोजेक्ट्स किए है जिन्हों चो सब तो पहला जो असी प्रोजेक्ट किया वह हैगा कंप्यूटर के उपर पंजाबी सिखाउण दी एक वैबसाइट तैयार की। वह साड़ी वैबसाइट काफ़ी सारी दुनिया च काफ़ी पॉपुलर है। इनफैक्ट असी हिट्स तो नोट किया कि 113 देशों में तो लोग उस वैबसाइट के उपर आके पंजाबी सीख रहे हैं खासकर USA कैनेडा तो UK में तो यह ईवन स्कूलों में भी दिखाई इन्हों दिखा के ये राही पंजाबी सिखाते हैं। जी इस वैबसाइट असी कंप्यूटर के उपर पंजाबी दी गेम्स पंजाबी दी क्विजेस पंजाबी दी स्टोरीज मुहारनी भुलावे अखर नर्सरी राइम्स ये सारिया पंजाबी च रखिया है और यह सारे इन्ने आकर्षक तरीके पेश किए जाने भी बच्चा अपने आप ही साड़ी वैबसाइट तो आके पंजाबी सीख रहा है। डॉक्टर साहब वैबसाइट का की नाम है उसका? हाँ जी इसका नाम है www.learnpunjabi learnpunjabi.org.org। जी इस वैबसाइट नूं डिवेलप करने लई सानूं महाराणी परनीत कौर वालों 20 लाख की ग्रांट दी गई सी उन्होंने MP लोकल एरिया डिवेलपमेंट फंड वालों। जी ये तो एक साढ़े सेंटर की मैं लगता है अते साढ़े यूनिवर्सिटी की एक पहली प्राप्ति है भी किवें असी कंप्यूटर राही पंजाबी का विकास से फैला कर रहे हैं। इसके अलावा असी जो दूजा एक होर वड्डा प्रोजेक्ट जिहड़े कि साढ़े यूनिवर्सिटी की एक होर प्राप्ति हैगी हैगी है जिहड़ी पंजाबी की लिपि की कंध खड़ी हो गई है गुरमुखी अते शाहमुखी शाहमुखी जिन्हों की असी उर्दू लिपि भी कहने है जिहड़ी कि पाकिस्तान काफ़ी वरती जाती हैगी। पाकिस्तान पंजाबी बोलने वाले साढ़े इस पंजाब नाल कितने ज़्यादा गिणती लोग हैं बट वो लिखते गुरमुखी लिपि च नहीं लिखते उन्होंने शाहमुखी विच हैं तो इहदा नतीजा यह हुंदा कि इको लिखत जिहड़ी कि असी पंजाबी भाषा च लिखी है पर गुरमुखी च आ तो जो पाकिस्तान बैठे साढ़े वीर उन्होंने पढ़ नहीं सकते। इस तरह पाकिस्तान कोई रचया हुआ साहित्य जिहड़ा हैगा उन्हूं असी इत्थे नहीं पढ़ सकते क्योंकि उर्दू लिपि च हैगा। असी एक ऑटोमैटिक सॉफ्टवेयर बनाया हैगा जिहदे राहीं असी किसी भी गुरमुखी की लिपि नूं शाहमुखी विच अते शाहमुखी की लिपि नूं गुरमुखी लिपि विच कन्वर्ट कर सकते हैं। तो यह सॉफ्टवेयर इन्ना फास्ट है कि कोई 300 सफ़ियां की किताब नूं यह एक मिनट के एक लिपि तो दूसरी लिपि विच कन्वर्ट कर दिंदा हैगा। जी तो इहदे नाल एक जिहड़ी बहुत वड्डी एक लिपि की समस्या सी वह दूर हो गई है। इस दे अलावा असी
भाषा की समस्या भी दूर करने की कोशिश कर रहे हैं। साढ़े कोई अगर पंजाबी लिखत हैगी है उन्होंने असी हिंदी कन्वर्ट कर सकते हैं, अनुवाद कर सकते अपने आप। इस तरह हिंदी की किसी भी लिखत असी पंजाबी भी अनुवाद कर सकते हैं। ये वाला जो सॉफ्टवेयर है इस मेरे पी एच डी दो स्टूडेंट्स ने विकास किया इन्हों का। जोड़े बाकी प्रोजेक्ट से उन्होंने सानू ग्रांट्स सानू बाहरले दो ऑर्गनाइजेशन एक सिंगापुर एक ऑस्ट्रेलिया तो उन्हों की फंडिंग हुई सी। साड़ी ये कोशिश रही है कि क्योंकि मैं पी एच थे प्रोफेसर भी है कंप्यूटर साइंस के विच, ते जेडे साड़े पी एच डी के स्टूडेंट्स या एम टैक या एम सी स्टूडेंट्स है उन्होंने कोई भी प्रोजेक्ट करना या जी भी रिसर्च करनी हैगी अगर वो मेरे न करनी है तो वह कोई ना कोई पंजाबी का विशा कंप्यूटर के उपर हों, जिमें कि किसी ने एम टैक का प्रोजेक्ट करना है, जिसने एम सी का प्रोजेक्ट करना है 6 महीने का, तो वह पंजाबी टीचिंग की वैबसाइट का कोई जिमें गेम तैयार कर लेंदा या कोई स्टोरी तैयार कर लेंदा है। इस तरह जिन्हें रिसर्च करनी हैगी है पी एच डी के लिए वो भी एक तरह का विशा जिमें कि पंजाबी तो हिंदी का ऑटोमैटिक अनुवाद का सिस्टम तैयार करना, क्योंकि अच्छ काफ़ी वड्डा ही रिसर्च इनवॉल्व है। इस तरह अंग्रेजी तो पंजाबी ये हले खैर अपने आप बड़ा वड्डा चैलेंज आ, बट ये उपर भी असं काम शुरू किया कि कोई भी अंग्रेजी लिखता होनू असी पंजाबी कन्वर्ट कर सकी है। ये हले असं बड़े लिमिटेड फॉर्म पर काम कर रहे हैं, ये भी एक मेरा पी एच डी स्टूडेंट काम कर रहा। इस तरह असी पंजाबी कुछ भी लिखा हो तो कंप्यूटर बोल सके, जिन्हों के असी कहने स्पीच सिंथेसिस सिस्टम। जिमें कि मैनू याद है इतने भाषा विभाग में एक है कोई मिस्टर महेश, जेडे कि वैसे तो देख नहीं सकते पर कंप्यूटर बहुत अच्छी तरह वरतते हैं जी, और वह इस करके वरत सकते क्योंकि कंप्यूटर के उपर बड़े अच्छे अंग्रेजी के सॉफ्टवेयर है सॉफ्टवेयर अपने आप उन्होंने गाइड करते रहेंगे। तो अगर उन्होंने अंग्रेजी की अखबार भी पढ़नी है तो उस कंप्यूटर उन्होंने पढ़ के सुना दिता, बट उन्होंने ये तमन्ना से कहें मैं अगर अजीत अखबार पढ़नी है तो मैं पढ़ नहीं सकता, मैं किसी को कहना भी मैं पढ़ के सुनावे, हालांकि अजीत कंप्यूटर से अवेलेबल है। तो असं जो सॉफ्टवेयर बना रहे हैं जिन्हों मैं दस रहा सी पंजाबी स्पीच सिंथेसिस, उहदे नाल अपने आप ही कोई भी ईमेल या कोई भी अखबार भी होएगी वह भी पढ़ के सुना देगा। वो ये भी साड़ा एक पीएचडी का प्रोजेक्ट है। जी डॉक्टर साहब बहुत बहुत तुहाडी गल सुन के सुन वाले नूं भी बड़ा आनंद आया होगा कि पंजाबी दे विकास दे लई किन्ना कम यूनिवर्सिटी वालों तुसीं जिहड़ा उह तुहाडी अगवाई दे विच कीता जा रहा। जिहड़ी पिछे जे एक खदशा प्रगट होया सी कि कुछ विश्व दियां कुछ भाषावां जिहड़ियां ने उह खत्म होण दे कगार ते पहुँच गई ने, और उहदे विच पिछले दिनां दे विच यूनिवर्सिटी च कॉन्फ्रेंस भी हुई, उहदे विच बहुत चर्चे होए कि जी यूएनओ वालों एक रिपोर्ट आई है और उहदे विच दस्सिया गया कि पंजाबी भी आने वाले जिहड़े आ 50 सालां च खत्म हो जाएगी। उन्होंने 50 साल मिथ दिते सीगे, लेकिन उहदे विचों कॉन्फ्रेंस चों भी गल निकली और हुण तुहाडा प्रोजेक्ट जिहड़ा है इस टाइम जिथों लगता कि भी वह शायद किसी उपरले पद्धर की गल की गई सी, क्योंकि हुण तो कनेडा विच भी जिहड़ी है वह भाषा जिहड़ी है दूसरे कुछ राज्यां दे विच दूसरे पद्धर की पंजाबी भाषा बन गई हुई है। सो तुसीं इस बारे थोड़ा जिहा विस्तार से दसो कि आने वाला भविख पंजाबी का इन्हां स्थितियां दे विच जिहड़ियां दसियां गल्लां ने किन्ना क सुनहरा हो रहा है। नहीं, मेरे ख्याल में तो पंजाबी का भविख बहुत ही सुनहरा हैगा। इहदे लई मैं एक बहुत वड्डी खैर जिहड़ा क्रेडिट दवांगा वो साढ़े पंजाबी दे गाने नू दवांगा जी। इनफैक्ट मैनू हैरानी हुई सी, मैं यूके गया सीगा उत्थे एक स्कूल टीचर से पंजाबी पढ़ाते सीगे, तो साड़ी वैबसाइट तो पंजाबी पढ़ाते, इसलिए मेरे उन्होंने इंट्रैक्शन हुई सी। तो मैं उन्होंने पूछा सी पंजाबी सीखने वाले थोड़े स्टूडेंट कितों कितों, तो उन्होंने दसिया भी कई काले भी आके सब तो पंजाबी सीखते है, तो काले वो कहते इसलिए सीखते हैं क्योंकि वो कहते असी जी पंजाबी भंगड़ा आ यदि जी बीट्स है सूँ इन पसंद है, तो अभी भी चाहते हैं भी असी समझ सकी भी ये की गाँवे है, तो भी मतलब वह भी भंगड़ा पा सकते हैं। हाँ जी जी, इनफैक्ट बाकी साढ़े पंजाबी तो जिते है वह तो सीख ही रहे, अलावा होर भी कई जड़े नैशनैलिटीज़ के लोग है सीख रहे। ईवन मैं कैनेडा गया सीगा उत्थे मैंने कुछ अंग्रेज़ मिले सी जड़े कि पंजाबी सीख रहे थे, साड़ी वैबसाइट तो पंजाबी सीख रहे थे, तो उन्होंने तो भी मैं पूछे भी थोड़ा पंजाबी क्यों सीख रहे हो, तो उन्होंने कहा भी सानू बड़ी प्यारी भाषा लगती हैगी है, तो इस करके असं स्पैशली चाहते हाँ भी अगर असी जो ये लिखत हैगी उन्होंने कुछ समझ सकीिए वो पंजाबी सीख रहे हैं। तो मैं पिछे जो मैंने याद है एक हिंदुस्तान टाइम्स लेख आया सी जिहदा हैडिंग कुछ इस तरह से हिंदुस्तान का पंजाबीकरण जी, उन्होंने लिखा सी भी सारे हिंदुस्तान विच पंजाबी खाना, पंजाबी गीत, पंजाबी भंगड़ा, पंजाबी ड्रैस,
ਤੇ ਪੰਜਾਬੀ ਭਾਸ਼ਾ ਇਹ 'ਚ ਆ ਗਏ ਆ। ਅੱਜ ਕੱਲ੍ਹ ਅਸੀਂ ਦੇਖਿਆ ਕੋਈ ਹਿੰਦੀ ਦੀ ਜਿਹੜੀ ਫਿਲਮ ਆ, ਜਦ ਤੱਕ ਉਹਦੇ ਪੰਜਾਬੀ ਦਾ ਗਾਣਾ ਨਾ ਹੋਵੇ ਤਾਂ ਲੱਗਦਾ ਨਹੀਂ ਵੀ ਉਹ ਫਿਲਮ ਕੰਪਲੀਟ ਹੋਈ ਆ। ਡਾਕਟਰ ਸਾਹਿਬ ਹੁਣ ਤਾਂ ਪੰਜਾਬੀ ਦੀਆਂ ਗਾਲਾਂ ਦਾ ਵੀ ਵਿਸ਼ਵੀਕਰਨ ਹੋਣ ਲੱਗ ਪਿਆ, ਕੁਝ ਗੀਤਾਂ ਦੇ ਵਿੱਚ ਉਹ ਬੜੇ ਸਪੈਸਿਫਿਕ ਢੰਗ ਨਾਲ ਗਾਲਾਂ ਵੀ ਕੱਢੀਆਂ ਗਈਆਂ ਨੇ। ਹਾਂਜੀ ਜੀ ਜੀ, ਤੇ ਉਹ ਉਹ ਜਿਹੜਾ ਆਰਟੀਕਲ ਸੀ ਉਸ ਤੋਂ ਉਹਨੇ ਲਿਖਿਆ ਸੀ ਵੀ ਸਾਰਾ ਹਿੰਦੁਸਤਾਨ ਪੰਜਾਬੀਕਰਨ ਦੇ ਅੰਡਰ ਆ ਰਿਹਾ ਹੈਗਾ, ਤੇ ਅਸੀਂ ਇਹਨਾਂ ਸਰਕਮਸਟੈਂਸ ਵਿੱਚ ਇਹ ਗੱਲ ਸੋਚ ਹੀ ਨਹੀਂ ਸਕਦੇ ਵੀ ਪੰਜਾਬੀ ਭਾਸ਼ਾ ਨੂੰ ਕੋਈ ਖਤਰਾ ਹੈਗਾ। ਜੀ, ਸੋ ਬਹੁਤ ਵਧੀਆ ਗੱਲ ਹੈ ਕਿ ਪੰਜਾਬੀਕਰਨ ਹੋ ਰਿਹਾ, ਕਿਉਂਕਿ ਅਸੀਂ ਹੁਣ ਦੇਖਦੇ ਹਾਂ ਕਿ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਵੀ ਸਾਡੇ ਕੋਲ ਆ ਰਹੀਆਂ ਨੇ, ਜਿਹਦੇ ਵਿੱਚ ਕੁਝ ਮੋਬਾਈਲ ਸਰਵਿਸਿਸ ਵਾਲੀਆਂ ਵੀ ਨੇ, ਕੁਛ ਘਰਾਂ ਦੇ ਸਮਾਨ ਵਾਲੀਆਂ ਨੇ, ਇਲੈਕਟ੍ਰੋਨਿਕ ਗੁੱਡਸ ਵਾਲੀਆਂ, ਉਹਨਾਂ ਦੇ ਅਸੀਂ ਜਦੋਂ ਬੋਰਡ ਪੜ੍ਹਦੇ ਹਾਂ ਰੋਡ ਸਾਈਡ ਹੋਰਡਿੰਗਸ, ਤਾਂ ਉਹਨਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਵੀ ਪੰਜਾਬੀ ਦੀ ਵਰਤੋਂ ਕੀਤੀ ਹੁੰਦੀ ਹੈ। ਹਾਂਜੀ ਹਾਂਜੀ, ਇਸੇ ਤਰ੍ਹਾਂ ਹਿੰਦੀ ਦੀ ਵੀ ਵਰਤੋਂ ਵੀ ਹੋ ਰਹੀ ਹੈ ਔਰ ਪੰਜਾਬੀ ਦੀ ਵੀ ਵਰਤੋਂ ਹੋ ਰਹੀ ਹੈ। ਡਾਕਟਰ ਸਾਹਿਬ, ਇਹ ਜਿਹੜਾ ਭਾਸ਼ਾਵਾਂ ਦਾ ਆਪਸ ਵਿੱਚ ਮੇਲ ਆਇਆ, ਅਸੀਂ ਵੇਖਿਆ ਕਿ ਇਹਦੇ ਨਾਲ ਬੜਾ ਕੁਛ ਹੋਰ ਵੀ ਬਦਲ ਰਿਹਾ। ਕਿੱਥੇ ਇੱਕ ਵਾਰ ਇੱਕ ਸਮਾਂ ਇਹੋ ਜਿਹਾ ਸੀ ਜਿੱਥੇ ਪੰਜਾਬੀ ਦੇ ਵਿਦਵਾਨ, ਹਿੰਦੀ ਦੇ ਵਿਦਵਾਨ ਗੱਲ ਕਰਦੇ ਸੀ ਕਿ ਸ਼ੁੱਧ ਪੰਜਾਬੀ ਦੀ ਗੱਲ, ਅਤੇ ਜੇ ਕਿਤੇ ਕੋਈ ਸਟੇਜ 'ਤੇ ਖੜ ਕੇ ਅੰਗਰੇਜ਼ੀ ਦੇ ਅੰਗਰੇਜ਼ੀ ਦਾ ਸ਼ਬਦ ਜਾਂ ਹਿੰਦੀ ਦਾ ਸ਼ਬਦ ਵਰਤ ਲੈਂਦਾ ਸੀ ਤਾਂ ਉਹਦੇ ਪਿੱਛੇ ਟੁੱਟ ਕੇ ਪੈ ਜਾਂਦੇ ਸੀ ਕਿ ਜੀ ਤੁਸੀਂ ਇਹ ਕਿਉਂ ਵਰਤ ਰਹੇ ਹੋ। ਪਰ ਇਸ ਵਕਤ ਸਥਿਤੀ ਬਿਲਕੁਲ ਜਿਹੜੀ ਉਲਟ ਹੋ ਗਈ ਹੈ ਕਿ ਸਾਡੇ ਉਹੀ ਵਿਦਵਾਨ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਇਹਦਾ ਵਿਰੋਧ ਕਰਦੇ ਸੀ, ਉਹਨਾਂ ਦੀਆਂ ਆਪਣੀਆਂ ਲਿਖਤਾਂ ਦੇ ਵਿੱਚ ਵੀ ਅੰਗਰੇਜ਼ੀ ਦੇ ਸ਼ਬਦ ਆਉਣ ਲੱਗ ਪਿਆ, ਹਿੰਦੀ ਦੇ ਵੀ ਆਉਣ ਲੱਗ ਪਿਆ, ਔਰ ਸਾਡੇ ਬੋਰਡ ਅਸੀਂ ਵੇਖਦੇ ਹਾਂ ਕਿ ਕਦੇ ਹਿੰਦੀ ਦੇ ਬੋਰਡ ਹੁੰਦੇ ਸੀ ਜਾਂ ਪੰਜਾਬੀ ਦੇ, ਹੁਣ ਅੱਧਾ ਸੈਂਟੈਂਸ ਹਿੰਦੀ ਦਾ ਅੱਧਾ ਪੰਜਾਬੀ ਦਾ ਤੇ ਵਿੱਚ ਅੰਗਰੇਜ਼ੀ ਲਿਖੀ ਹੁੰਦੀ ਹੈ। ਮਤਲਬ ਇਹ ਮਿਕਸ ਹੋ ਰਿਹਾ ਸਾਰਾ ਕੁਝ, ਮੈਨੂੰ ਲੱਗਦਾ ਨਵੇਂ ਜ਼ਮਾਨੇ ਦੀ ਟੈਕਨੀਕ ਦੇ ਨਾਲ ਇਹ ਇਹਦਾ ਇਹਦੇ ਨਾਲ ਭਾਸ਼ਾ ਦੇ ਉੱਤੇ ਕਿਸ ਕਿਸਮ ਦਾ ਅਸਰ ਜਿਹੜਾ ਸਾਡੇ 'ਤੇ ਤੁਹਾਨੂੰ ਲੱਗਦਾ ਪਏਗਾ? ਇਹਦੇ ਨਾਲ ਵੈਸੇ ਇੱਕ ਚੀਜ਼ ਤਾਂ ਅਸੀਂ ਕਹਿ ਸਕਦੇ ਵੀ ਭਾਸ਼ਾ ਥੋੜ੍ਹੀ ਖਿਚੜੀ ਭਾਸ਼ਾ ਜ਼ਰੂਰ ਹੁੰਦੀ ਜਾ ਰਹੀ ਹੈਗੀ ਆ। ਜੀ, ਜਿਵੇਂ ਕਿ ਮੈਂ ਵੀ ਅਗਰ ਪੰਜਾਬੀ ਬੋਲਦਾ, ਮੈਨੂੰ ਕਈ ਵਾਰੀ ਸ਼ੁੱਧ ਪੰਜਾਬੀ ਦਾ ਸ਼ਬਦ ਨਹੀਂ ਸਮਝਦਾ, ਮੈਂ ਵੀ ਅੰਗਰੇਜ਼ੀ ਦੇ ਸ਼ਬਦ ਵਰਤ ਲੈਂਦਾ ਜਾਂ ਹਿੰਦੀ ਦੇ ਵਰਤ ਲੈਂਦਾ ਹੈਗਾ। ਹਾਲਾਂਕਿ ਕਈ ਵਿਦਵਾਨਾਂ ਦਾ ਖਿਆਲ ਇਹ ਆ ਵੀ ਇਹਦੇ ਨਾਲ ਜਿਹੜੀ ਭਾਸ਼ਾ ਦੀ ਸ਼ੁੱਧਤਾ ਆ ਉਹ ਖਰਾਬ ਹੁੰਦੀ ਆ, ਬਟ ਭਾਸ਼ਾ ਦਾ ਇੱਕ ਮੇਨ ਉਦੇਸ਼ ਤਾਂ ਹੈਗਾ ਕਮਿਊਨੀਕੇਸ਼ਨ। ਪਰ ਡਾਕਟਰ ਸਾਹਿਬ, ਇੱਥੇ ਮੈਂ ਤੁਹਾਡੇ ਸ਼ਾਮਿਲ ਕਰਨਾ ਚਾਹਾਂਗਾ ਗੱਲ 'ਚ, ਜਿਹੜੇ ਲੋਕ ਇਸ ਗੱਲ ਨੂੰ ਕਹਿੰਦੇ ਆ ਕਿ ਤੁਸੀਂ ਸ਼ੁੱਧ ਭਾਸ਼ਾ ਵਰਤੋ, ਉਹਨਾਂ ਨੇ ਸਮੇਂ ਦੇ ਨਾਲ ਨਵੇਂ ਸ਼ਬਦ ਵੀ ਤਾਂ ਨਹੀਂ ਨਾ ਦਿੱਤੇ ਸਾਨੂੰ ਉਹਨਾਂ ਵਿਦਵਾਨਾਂ ਨੇ? ਇਹ ਬਿਲਕੁਲ ਠੀਕ ਗੱਲ ਹੈ, ਜਿਵੇਂ ਹੁਣ ਕੰਪਿਊਟਰ ਆ, ਇਲੈਕਟ੍ਰੋਨਿਕਸ ਹੈਗੇ ਆ, ਇਹਨਾਂ ਦੇ ਜਿਹੜੇ ਲੇਟੈਸਟ ਸ਼ਬਦ ਹੈਗੇ ਆ ਪੰਜਾਬੀ 'ਚ ਨਹੀਂ ਖੜੇ ਗਏ। ਜੀ, ਇਨਫੈਕਟ ਮੈਂ ਪਿੱਛੇ ਜੇ ਮੋਂਟਰੀਅਲ ਗਿਆ ਸੀ, ਉੱਥੇ ਗੱਲ ਹੋ ਰਹੀ ਸੀਗੀ, ਉਹ ਕਹਿ ਰਹੇ ਸੀ ਵੀ ਫ੍ਰੈਂਚ ਆਪਣੀ ਭਾਸ਼ਾ ਲਈ ਬਹੁਤ ਜ਼ਿਆਦਾ ਪਰਟੀਕੁਲਰ ਆ, ਉਹ ਕਹਿੰਦੇ ਵੀ ਸਾਡੀ ਭਾਸ਼ਾ 'ਚ ਕੋਈ ਵੀ ਹੋਰ ਭਾਸ਼ਾ ਸ਼ਬਦ ਨਹੀਂ ਆਉਣਾ ਚਾਹੀਦਾ। ਉਹ ਜਦੋਂ ਵੀ ਕੋਈ ਨਵੀਂ ਟੈਕਨੋਲੋਜੀ ਦਾ ਵਿਕਾਸ ਹੁੰਦਾ ਹੈ, ਜਿਵੇਂ ਕਿ ਕੰਪਿਊਟਰ ਦਾ ਹੀ ਹੋ ਗਿਆ, ਜਿੰਨੇ ਕੰਪਿਊਟਰ ਦੇ ਸ਼ਬਦ ਹੈਗੇ ਅੰਗਰੇਜ਼ੀ ਦੇ, ਨਾਲ ਦੀ ਨਾਲ ਉਹਨਾਂ ਨੇ ਫ੍ਰੈਂਚ ਦੇ ਸ਼ਬਦ ਘੱਟਦੇ ਆ। ਜੀ, ਅਸੀਂ ਹੁਣ ਇਨਫੈਕਟ ਕੰਪਿਊਟਰ ਨੂੰ ਵੀ ਇਸ ਸੱਚ ਪੰਜਾਬੀ ਵਿੱਚ ਕੰਪਿਊਟਰ ਹੀ ਕਹਿੰਦੇ ਆ, ਇਹ ਹਾਲਾਂਕਿ ਅੰਗਰੇਜ਼ੀ ਦਾ ਸ਼ਬਦ ਹੈਗਾ। ਜਿੰਨੀ ਵੀ ਟਰਮਨੋਲੋਜੀ ਕੰਪਿਊਟਰ ਦੀ ਆ ਜਾਂ ਇਲੈਕਟ੍ਰੋਨਿਕਸ ਦੀ ਹੈਗੀ ਆ, ਉਹ ਅਸੀਂ ਇਸ ਸੱਚੀ ਪੰਜਾਬੀ ਵਿੱਚ ਵੀ ਲੈ ਲਈ ਆ। ਇਹ ਜਿਹੜੀ ਮੈਂ ਗੱਲ ਕੀਤੀ ਸੀ ਫ੍ਰੈਂਚ ਦੇ ਵਿੱਚ, ਉਹ ਧਿਆਨ ਰੱਖਦੇ ਵੀ ਕੋਈ ਵੀ ਨਵੀਂ ਟਰਮ ਜਾਂ ਨਵੀਂ ਟੈਕਨੋਲੋਜੀ ਆਉਂਦੀ ਆ ਤਾਂ ਉਹਦੀ ਸਾਰੀ ਜਿਹੜੀ ਟਰਮਸ ਆ ਨਾਲ ਦੀ ਨਾਲ ਫ੍ਰੈਂਚ 'ਚ ਘੱਟਦੇ ਆ। ਜੀ, ਅਸੀਂ ਇਹ ਘੜਨ 'ਚ ਪਿੱਛੇ ਰਹਿ ਗਏ ਹੈਗੇ। ਮੈਂ ਸਮਝਦਾ ਕਿ ਸਾਰਾ ਦੋਸ਼ ਸਾਨੂੰ ਸਾਡੇ ਵਿਦਵਾਨਾਂ ਦੇ ਸਿਰ ਸੁੱਟਣ ਦੀ ਲੋੜ ਹੈਗੀ ਆ, ਜਿਹੜੇ ਲੋਕ ਇੰਨੇ ਸਮੇਂ ਤੋਂ ਪੰਜਾਬੀ ਦੇ ਝੰਡੇ ਚੁੱਕ ਕੇ ਕਹਿੰਦੇ ਰਹਿ ਕੇ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਉਹ ਸ਼ੁੱਧ ਹੋਣੀ ਚਾਹੀਦੀ ਆ। ਮੈਂ ਘੱਟੋ ਘੱਟ ਕੁਦਰਤੀ ਤੌਰ ਸਿੱਧੇ ਤੌਰ 'ਤੇ ਕਹਿੰਦਾ ਕਿ ਜੇ ਅਗਰ ਉਹ ਪੈਰਲਲ ਸ਼ਬਦ ਨਹੀਂ ਲਿਆ ਸਕੇ ਤਾਂ ਇਹਦੇ ਵਿੱਚ ਕਸੂਰ ਉਹਨਾਂ ਦਾ। ਟੈਕਨੋਲੋਜੀ ਤਾਂ ਆਪਣੇ ਆਪ ਹੌਲੀ 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 ਉਹਨੇ ਆ ਹੀ ਜਾਣਾ, ਪਰ ਮੈਨੂੰ ਲੱਗਦਾ ਸਾਡੇ ਵਿਦਵਾਨ ਇਹਦੇ ਲਈ ਪਿੱਛੇ ਰਹਿ ਗਏ ਕਿ ਉਹ ਟੈਕਨੋਲੋਜੀ ਦੀ ਸਪੀਡ ਦੇ ਨਾਲ ਆਪਣੀ ਭਾਸ਼ਾ ਦੇ ਵਿੱਚ ਬਰਾਬਰ ਦੇ ਸ਼ਬਦ ਲਿਆਉਣ ਵਿੱਚ ਜਿਹੜੇ ਆ ਉਹ ਕਾਮਯਾਬ ਨਹੀਂ ਹੋਏ, ਔਰ ਹੁਣ ਮਜਬੂਰੀ ਨੂੰ ਉਹ ਖੁਦ ਵੀ ਇਹਨਾਂ ਸ਼ਬਦਾਂ ਨੂੰ ਉਸੇ ਢੰਗ ਨਾਲ ਵਰਤ ਰਹੇ ਆ। ਕੀਬੋਰਡ ਨੂੰ ਕੀਬੋਰਡ ਹੀ ਲਿਖ ਰਹੇ ਆ, ਮਾਊਸ ਵੀ ਲਿਖ ਰਹੇ ਆ, ਔਰ ਸਕਰੀ ਪੀਸੀ ਲਿਖ ਰਹੇ ਨੇ, ਕੰਪਿਊਟਰ ਨੂੰ ਕੰਪਿਊਟਰ ਲਿਖ ਰਹੇ ਨੇ। ਡਾਕਟਰ ਸਾਹਿਬ, ਇਹ ਸਾਰੀਆਂ ਸਥਿਤੀਆਂ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਕਿ ਭਵਿੱਖ ਬੜਾ ਸੁਨਹਿਰਾ, ਅਤੇ ਕਿਸ ਤਰ੍ਹਾਂ ਦੇ ਪ੍ਰੋਜੈਕਟ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਜਿਹੜੇ ਆ ਉਹ ਲਿਖੇ ਹੋਏ ਆ? ਕੌਣ ਕੌਣ ਲੋਕ ਨੇ ਜਿਹੜੇ ਲੋਕ ਤੁਹਾਡੇ ਨਾਲ ਮਦਦ ਜਿਹੜੀ ਆ ਹੁਣ ਕਰ ਰਹੇ ਆ? ਸਾਡੀ ਸਾਨੂੰ ਕਾਫੀ ਆਰਗਨਾਈਜੇਸ਼ਨਸ ਤੋਂ ਸਾਨੂੰ ਸਪੋਰਟ ਮਿਲੀ ਹੈਗੀ ਆ। ਸਾਨੂੰ ਭਾਰਤੀ ਸਰਕਾਰ ਵੱਲੋਂ ਮਿਨਿਸਟਰੀ ਆਫ ਇਨਫੋਰਮੇਸ਼ਨ ਟੈਕਨੋਲੋਜੀ ਨੇ ਸਾਨੂੰ ਕਾਫੀ ਪ੍ਰੋਜੈਕਟਸ ਦਿੱਤੇ ਹੈਗੇ ਆ। ਇਸ ਦੇ ਇਲਾਵਾ ਜਿਵੇਂ ਮੈਂ ਦੱਸਿਆ ਸੀ, ਸਾਨੂੰ ਆਸਟ੍ਰੇਲੀਆ ਤੋਂ, ਸਿੰਗਾਪੁਰ ਤੋਂ ਉੱਥੋਂ ਪ੍ਰੋਜੈਕਟਸ ਮਿਲੇ ਆ, ਮਿਨਿਸਟਰੀ ਆਫ ਡਿਫੈਂਸ ਤੋਂ ਮਿਲਿਆ ਹੈਗਾ। ਅਤੇ ਅਸੀਂ ਬੇਸਿਕਲੀ ਕਿਉਂਕਿ ਯੂਨੀਵਰਸਿਟੀ 'ਚ ਹੋਣ ਕਰਕੇ ਸਾਡਾ ਇੱਕ ਏਰੀਆ ਇਹ ਆ ਵੀ
रिसर्च भी की जाए और वो वाले प्रोजेक्ट्स किए जाए जिन्हें कोई छेती कित कोई हाथ नहीं पाता है क्योंकि जी कमर्शियल ऑर्गनाइजेशन आ उन्होंने उन्होंने कोई भी प्रोजेक्ट करना या सॉफ्टवेयर बनाना तो उन्हें देखना पे कि वो मार्केट आ तो उस कि खर्चा आऊगा। साड़ी कोशिश यह होंगी है क्योंकि असं रिसर्च बेस करने है तो भावें मार्केट वो छोटी होवें वरतन वाले भी छोटे हो उसका खर्चा बहुत ज़्यादा हो पर असी कोशिश ये करनी भी वो वाला प्रोजेक्ट किया जाए। मिसाल के तौर पर ऑटोमैटिक वॉइस रेकोगनीशन जिमें कि असं चाहते हाँ भी मैं पंजाबी बोला तो कंप्यूटर उन्होंने अपने आप पहचान लवे इनू असं स्पीच रेकोगनीशन भी कहने ये अपने आप से एक बहुत बड़ा प्रोजेक्ट है ये करोड़ों की इन्वेस्टमेंट की जरूरत हैगी बट ये पर हाले काम बिल्कुल शुरू नहीं होया ट्रांसलेशन दा मैं कुछ भी अंग्रेजी च लिखिया होए साडे कोल इंटरनेट दे उपर कोई लिखत अंग्रेजी च पई हुई है पर मैं पंजाबी च मैं पढ़ना पढ़ सकदा मैं अंग्रेजी नहीं पढ़ सकदा वह अपने आप उहनूं अनुवाद करते हुए अंग्रेजी तो पंजाबी ये भी एक बहुत वड्डा चैलेंजिंग एरिया हैगा है ते आने वाले समय च असी इहदे उपर भी काम करना चाहांगे जी। डॉक्टर साहब थोड़ा बहुत बहुत शुक्रिया साढ़े सुनने वाले सचमुच बड़ा आनंद आया होएगा थोड़ी इस गलबात तो क्योंकि हुण समा जिहड़ा आ गया वो ये है कि कंप्यूटर बिना साडा गुजारा नहीं है ते ये भी समय की मंग है कि सानू अपनी भाषावां दी लोड़ दे मुताबक ये सॉफ्टवेयर बनाउण दी लोड़ पैनी है जिहदे विच तुसीं जिहड़ी आ शुरुआत अगवाई कर चुके हो और असीं आस करदे हां कि तुसीं इस अपने उद्देश दे विच इसे तरह अगे वधदे रहो और साडी भाषा दे विकास दे लई जिहड़ा वो तुसीं उपराले करदे रहो। साडे वल्लों साडियां शुभ इच्छावां तुहाडे नाल ने। सो डॉक्टर गुरप्रीत लैल जी तुहाडा स्टूडियो च आउण लई बहुत बहुत शुक्रिया जी। तुहाडा भी बहुत बहुत शुक्रिया जी। दोस्तों हुणे तुसीं मुलाकात सुनी पंजाबी कंप्यूटर दे पितामा डॉक्टर गुरप्रीत सिंह लहल प्रोफेसर ते मुखी कंप्यूटर साइंस एंड एप्लीकेशंस ते डायरेक्टर एडवांस सेंटर फॉर टेक्निकल डेवलपमेंट ऑफ पंजाबी लैंग्वेज लिटरेचर एंड कल्चर पंजाबी यूनिवर्सिटी पटियाला ते इन्हां दे नाल मुलाकात कीती सी अमरजीत वड़ैचोरा ने। ਤੁਸੀਂ ਟਿਊਨ ਕੀਤਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਐਫਐਮ 100.2 ਮੈਗਾਹਰਟਸ ਦਾ ਵਕਤ ਮਿਲਾਓ ਜੀ ਸਵੇਰ ਦੇ 7:00 ਤੇ ਠੀਕ 30 ਸਕਿੰਟ ਹੋ ਚੁੱਕੇ ਨੇ। ਪੇਸ਼ ਹੈ ਪ੍ਰੋਗਰਾਮ ਦਸਤਕ। ਅੱਜ ਦਾ ਪ੍ਰੋਗਰਾਮ ਦਸਤਕ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ ਤੁਹਾਡਾ ਦੋਸਤ ਪ੍ਰਿਤਪਾਲ ਮਹਾਰਾਣਾ ਤੇ ਅੱਜ ਦੇ ਇਸ ਪ੍ਰੋਗਰਾਮ 'ਚ ਤੁਹਾਨੂੰ ਸੁਣਾ ਰਿਹਾ ਜੀ ਇੱਕ ਮੁਲਾਕਾਤ ਪੰਜਾਬੀ ਕੰਪਿਊਟਰ ਦੇ ਪਿਤਾਮਾ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਪ੍ਰੋਫੈਸਰ ਅਤੇ ਮੁਖੀ ਕੰਪਿਊਟਰ ਸਾਇੰਸ ਐਂਡ ਐਪਲੀਕੇਸ਼ਨਸ ਅਤੇ ਡਾਇਰੈਕਟਰ ਐਡਵਾਂਸ ਸੈਂਟਰ ਫਾਰ ਟੈਕਨੀਕਲ ਡਿਵੈਲਪਮੈਂਟ ਆਫ ਪੰਜਾਬੀ ਲੈਂਗੁਏਜ ਲਿਟਰੇਚਰ ਐਂਡ ਕਲਚਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਇਹਨਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਅਮਰਜੀਤ ਸਿੰਘ ਵੜੈਚ। ਅੱਜ ਅਸੀਂ ਆਪਣੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਡਾਕਟਰ ਗੁਰਪ੍ਰੀਤ ਸਿੰਘ ਲਹਿਲ ਹੋਣਾ ਨੂੰ ਜੀ ਆਇਆ ਕਹਿੰਦੇ ਹਾਂ ਜੋ ਕਿ ਕੰਪਿਊਟਰ ਦੇ ਖੇਤਰ ਦੇ ਵਿੱਚ ਇੱਕ ਜਾਣੀ ਪਛਾਣੀ ਸ਼ਖਸੀਅਤ ਨੇ ਸਾਡੇ ਇਸ ਖਿੱਤੇ ਦੇ ਵਿੱਚ ਅਤੇ ਜੋ ਕੰਮ ਇਹਨਾਂ ਨੇ ਕੀਤੇ ਹੈ ਉਹਦੇ ਨਾਲ ਇਹਨਾਂ ਦਾ ਵਿਸ਼ਵ ਪੱਧਰ ਦੇ ਉੱਤੇ ਨਾਮ ਜਿਹੜਾ ਉਹ ਜਾਣਿਆ ਜਾ ਰਿਹਾ ਹੈ। ਡਾਕਟਰ ਗੁਰਪ੍ਰੀਤ ਸਿੰਘ ਲਹਿਲ ਜੋ ਕਿ ਅੱਜ ਕੱਲ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਭਾਸ਼ਾ ਸਾਹਿਤ ਦੇ ਵਿਕਾਸ ਦੇ ਲਈ ਇੱਕ ਵਿਸ਼ੇਸ਼ ਤਕਨੀਕੀ ਤੌਰ 'ਤੇ ਇਸ ਭਾਸ਼ਾ ਨੂੰ ਅੱਗੇ ਲਿਜਾਣ ਵਾਸਤੇ ਜਿਹੜਾ ਵਿਭਾਗ ਬਣਾਇਆ ਗਿਆ ਉਹਦੇ ਮੁਖੀ ਨੇ ਅਤੇ ਇੱਥੇ ਪੰਜਾਬੀ ਨੂੰ ਅੱਜ ਨਵੀਨ ਯੁੱਗ ਦੀਆਂ ਲੀਹਾਂ ਦੇ ਉੱਤੇ ਚਲਾਉਣ ਲਈ ਜਿੰਨਾ ਕਾਰਜ ਡਾਕਟਰ ਲਹਿਲ ਨੇ ਕੀਤਾ ਹੈ ਉਹਨਾਂ ਇਹਨਾਂ ਦੇ ਬਰਾਬਰ ਹੋਰ ਕੋਈ ਨਹੀਂ ਕਰਦਾ। ਸੋ ਡਾਕਟਰ ਲਹਿਲ ਨੂੰ ਅਸੀਂ ਆਪਣੇ ਇਸ ਪ੍ਰੋਗਰਾਮ ਵਿੱਚ ਆਪਣੇ ਸਰੋਤਿਆਂ ਵੱਲੋਂ ਜੀ ਆਇਆਂ ਡਾਕਟਰ ਸਾਹਿਬ ਅਸੀਂ ਤੁਹਾਨੂੰ ਕਹਿੰਦੇ ਹਾਂ। ਮੇਰਾ ਵੀ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਅਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਤੁਸੀਂ ਮੈਨੂੰ ਮੌਕਾ ਦਿੱਤਾ ਇੱਥੇ ਆ ਕੇ ਸਰੋਤਿਆਂ ਨੂੰ ਮੁਖਾਤਿਬ ਹੋਣ ਦਾ। ਡਾਕਟਰ ਸਾਹਿਬ ਨੇ ਜਿੱਥੇ ਪੰਜਾਬੀ ਦੇ ਲਈ ਬਹੁਤ ਸਾਰਾ ਕੰਮ ਕੀਤਾ ਹੈ
ਉੱਥੇ ਮੈਂ ਆਪਣੇ ਸਰੋਤਿਆਂ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਕੁਝ ਸਮਾਂ ਪਹਿਲਾਂ, ਅੱਜ ਤੋਂ 10 ਸਾਲ ਪਹਿਲਾਂ, ਜਦੋਂ ਕੰਪਿਊਟਰ ਦਾ ਨਾਂ ਸੁਣਦੇ ਸੀ ਤੇ ਕਿਹਾ ਜਾਂਦਾ ਸੀ ਕਿ 10 ਸਾਲਾਂ ਬਾਅਦ ਇੱਕ ਸਮਾਂ ਐਸਾ ਆਏਗਾ ਵੀ ਕੋਈ ਵੀ ਵਿਭਾਗ, ਕੋਈ ਵੀ ਥਾਂ, ਕੋਈ ਵੀ ਘਰ ਐਸਾ ਨਹੀਂ ਹੋਏਗਾ ਜਿੱਥੇ ਕੰਪਿਊਟਰ ਨਹੀਂ ਹੋਏਗਾ, ਕੰਪਿਊਟਰ ਦੇ ਬਗੈਰਾ ਗੁਜ਼ਾਰਾ ਨਹੀਂ ਹੋਏਗਾ। ਔਰ ਸਾਨੂੰ ਉਦੋਂ ਇਹ ਗੱਲ ਸ਼ਾਇਦ ਸੱਚੀ ਨਹੀਂ ਸੀ ਲੱਗਦੀ, ਇੱਕ ਸੁਪਨਾ ਲੱਗਦੀ ਸੀ, ਪਰ ਅੱਜ ਇਹ ਸੱਚਮੁੱਚ ਹਕੀਕਤ ਬਣ ਚੁੱਕੀ ਹੈ। ਕੰਪਿਊਟਰ ਨੇ ਜ਼ਿੰਦਗੀ ਦੇ ਹਰ ਖੇਤਰ ਦੇ ਵਿੱਚ ਆਪਣਾ ਥਾਂ ਬਣਾ ਲਿਆ ਹੋਇਆ, ਔਰ ਕੰਪਿਊਟਰ ਤੋਂ ਬਿਨਾਂ ਸਾਡਾ ਗੁਜ਼ਾਰਾ ਨਹੀਂ ਹੈਗਾ। ਬੱਸ ਸਟੈਂਡਾਂ 'ਤੇ, ਰੇਲਵੇ ਸਟੇਸ਼ਨ, ਘਰਾਂ ਦੇ ਵਿੱਚ, ਦਫ਼ਤਰਾਂ ਵਿੱਚ, ਦੁਕਾਨਾਂ ਦੇ ਉੱਤੇ, ਯੂਨੀਵਰਸਿਟੀਆਂ ਵਿੱਚ, ਰਿਸਰਚ ਸੈਂਟਰ ਵਿੱਚ, ਜਹਾਜ਼ਾਂ 'ਚ, ਕਹਿਣ ਦਾ ਭਾਵ ਕਿ ਕੰਪਿਊਟਰ ਇਸ ਵਕਤ ਉਸ ਥਾਂ ਥਾਂ ਪਹੁੰਚ ਚੁੱਕਿਆ ਜਿੱਥੇ ਮਨੁੱਖ ਪਹੁੰਚਿਆ, ਬਲਕਿ ਮਨੁੱਖ ਤੋਂ ਵੀ ਅੱਗੇ ਪਹੁੰਚ ਰਿਹਾ। ਕੰਪਿਊਟਰ ਨੇ ਬਹੁਤ ਕੁਝ ਕੀਤਾ। ਜਿੱਥੋਂ ਤੱਕ ਗੱਲ ਸੀਗੀ ਕਿ ਕੰਪਿਊਟਰ 10 ਸਾਲਾਂ ਬਾਅਦ ਸਾਡੀ ਭਾਸ਼ਾ ਦੇ ਵਿੱਚ ਕੀ ਕਰੇਗਾ, ਇਹ ਸੱਚਮੁੱਚ ਇੱਕ ਚਿੰਤਾ ਦਾ ਵਿਸ਼ਾ ਸੀ ਇੱਕ ਸਮੇਂ 'ਤੇ ਜਾ ਕੇ, ਕਿ ਜਿਹੜੀਆਂ ਭਾਸ਼ਾਵਾਂ ਕੰਪਿਊਟਰ ਦੀ ਰੇਲਿੰਗ ਦੇ ਉੱਤੇ ਨਹੀਂ ਚੱਲਣਗੀਆਂ ਉਹ ਸ਼ਾਇਦ ਭਾਸ਼ਾਵਾਂ ਖਤਮ ਹੋ ਜਾਣਗੀਆਂ। ਔਰ ਪਿਛਲੇ ਸਮੇਂ ਦੇ ਵਿੱਚ ਇਹ ਖਦਸ਼ਾ ਵੀ ਪ੍ਰਗਟ ਕੀਤਾ ਗਿਆ ਵਿਸ਼ਵ ਪੱਧਰ 'ਤੇ ਕਿ ਪੰਜਾਬੀ ਆਉਣ ਵਾਲੇ ਸਮਿਆਂ ਵਿੱਚ ਸ਼ਾਇਦ ਖਤਮ ਹੋ ਜਾਏਗੀ। ਪਰ ਡਾਕਟਰ ਲਹਿਲ ਹੋਣਾ ਦੀ ਇਹ ਮੈਂ ਸਮਝਦਾ ਬਹੁਤ ਵੱਡੀ ਪ੍ਰਾਪਤੀ ਹੈ ਡਾਕਟਰ ਸਾਹਿਬ ਤੁਹਾਡੀ, ਕਿ ਤੁਸੀਂ ਕੰਪਿਊਟਰ ਦੇ ਵਿੱਚ ਪੰਜਾਬੀ ਸੋਫਟਵੇਅਰ ਬਣਾ ਕੇ, ਪੰਜਾਬੀ ਨੂੰ ਅੰਤਰਰਾਸ਼ਟਰੀ ਭਾਸ਼ਾ ਬਣਾ ਕੇ ਇੰਟਰਨੈਟ ਦੇ ਉੱਤੇ ਪਾ ਦਿੱਤਾ ਹੈ। ਔਰ ਡਾਕਟਰ ਸਾਹਿਬ ਨੇ ਪਿਛਲੇ ਦਿਨਾਂ ਦੇ ਵਿੱਚ ਇਹਦਾ ਇੱਕ ਸਰਚ ਇੰਜਣ ਵੀ ਪੰਜਾਬੀ 'ਚ ਬਣਾਇਆ। ਇਹ ਪ੍ਰਾਪਤੀਆਂ ਅਸੀਂ ਡਾਕਟਰ ਸਾਹਿਬ ਦੇ ਮੂੰਹੋਂ ਹੀ ਸੁਣਾਂਗੇ ਕਿ ਕਿਹੜੇ ਕਿਹੜੇ ਮੁਸ਼ਕਲਾਂ ਦੇ ਵਿੱਚੋਂ, ਕਿਹਨਾਂ ਕਿਹਨਾਂ ਸਥਿਤੀਆਂ 'ਚੋਂ ਲੰਘ ਕੇ ਇਹਨਾਂ ਨੇ ਇੰਨਾ ਕੁਝ ਕੀਤਾ। ਪਰ ਸਭ ਤੋਂ ਪਹਿਲਾਂ ਅਸੀਂ ਡਾਕਟਰ ਸਾਹਿਬ ਜਾਣਨਾ ਚਾਹਾਂਗੇ ਉਸ ਸ਼ਖਸੀਅਤ ਬਾਰੇ ਕਿ ਤੁਹਾਡਾ ਪਿਛੋਕੜ ਜਿਹੜਾ ਉਹ ਕਿੱਥੇ ਪਲੇ, ਜੰਮੇ, ਕਿੰਨਾ ਗਲੀਆਂ 'ਚ ਖੇਡ ਕੇ, ਤੇ ਤੁਸੀਂ ਯੂਨੀਵਰਸਿਟੀ 'ਚੋਂ ਹੁੰਦੇ ਹੋਏ ਹੁਣ ਤੁਸੀਂ ਵਿਸ਼ਵ ਪੱਧਰ 'ਤੇ ਆਪਣਾ ਨਾਮ ਜਿਹੜਾ ਉਹ ਬਣਾਇਆ। ਮੇਰਾ ਬਚਪਨ ਤਾਂ ਬੰਗਾਲ 'ਚ ਹੋਇਆ ਸੀਗਾ, ਗੁਜ਼ਰਿਆ ਸੀਗਾ, ਜਿੱਥੇ ਕਿ ਬਚਪਨ 'ਚ ਸਾਨੂੰ ਉੱਥੇ ਬੰਗਲਾ ਸਿੱਖਣੀ ਪੈਂਦੀ ਸੀਗੀ, ਅਤੇ ਮੈਂ 6ਵੀਂ ਤੱਕ ਬੰਗਲਾ ਪੜ੍ਹੀ ਵੀ ਹੈਗੀ ਆ। ਅਤੇ ਉੱਥੇ ਮੈਨੂੰ ਫਿਰ ਉਹਨਾਂ ਦੀ ਕਲਚਰ ਅਤੇ ਉਹਨਾਂ ਦਾ ਭਾਸ਼ਾ ਦਾ ਜੋ ਬੰਗਾਲੀਆਂ ਦਾ ਪਿਆਰ ਹੈਗਾ ਉਹ ਵੀ ਇੱਕ ਬੜੀ ਅੱਛੀ ਸਿੱਖਿਆ ਮਿਲੀ ਕਿ ਸਾਨੂੰ ਆਪਣੀ ਭਾਸ਼ਾ ਅਤੇ ਸੱਭਿਆਚਾਰ ਨਾਲ ਪਿਆਰ ਹੋਣਾ ਚਾਹੀਦਾ ਹੈਗਾ ਆ। ਉਸੇ ਚੀਜ਼ ਨੂੰ ਅਸੀਂ ਅੱਗੇ ਕੈਰੀ ਵੀ ਕੀਤਾ। ਅਤੇ ਉਸ ਤੋਂ ਬਾਅਦ ਦੀ ਜਿਹੜੀ ਸਕੂਲੀ ਸਿੱਖਿਆ ਹੈਗੀ ਉਹ ਚੰਡੀਗੜ੍ਹ ਵਿੱਚ ਕੀਤੀ ਸੀਗੀ। ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ MSc ਮੈਥਮੈਟਿਕਸ ਕੀਤੀ ਸੀਗੀ। ਉਸ ਤੋਂ ਬਾਅਦ ਫਿਰ ਮੈਂ ਥਾਪਰ ਤੋਂ MTech ਕੀਤੀ ਕੰਪਿਊਟਰ ਸਾਇੰਸ ਦੀ, ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮੈਂ PhD ਕੀਤੀ ਸੀਗੀ ਕੰਪਿਊਟਰ ਸਾਇੰਸ ਵਿੱਚ ਹੀ। ਅਤੇ ਪਿਛਲੇ 20 ਸਾਲਾਂ ਤੋਂ ਮੈਂ ਪਟਿਆਲੇ ਦਾ ਹੀ ਵਾਸੀ ਹੈਗਾ। ਮੈਂ ਥਾਪਰ ਕਾਲਜ ਅਤੇ ਪੰਜਾਬੀ ਯੂਨੀਵਰਸਿਟੀ ਇਹਨਾਂ ਦੇ ਵਿੱਚ ਹੀ ਸ਼ਟਲ ਕਰਦਾ ਰਿਹਾ ਜੋਬਸ। 10 ਸਾਲ ਮੇਰੀ ਯੂਨੀਵਰਸਿਟੀ ਦੀ ਜੋਬ ਹੋ ਗਈ ਹੈ ਅਤੇ 10 ਸਾਲ ਮੈਂ ਥਾਪਰ 'ਚ ਲਗਾਏ ਹੈਗੇ ਆ ਜੀ। ਡਾਕਟਰ ਸਾਹਿਬ, ਤੁਸੀਂ ਸ਼ੁਰੂਆਤ ਜਿਵੇਂ ਕੀਤੀ ਹੈ ਕਿ ਵੈਸਟ ਬੰਗਾਲ ਤੋਂ ਸ਼ੁਰੂਆਤ ਹੋਈ, ਕਿਸ ਸਬੱਬ ਨਾਲ ਤੁਸੀਂ ਉੱਥੇ ਗਏ? ਮੇਰੇ ਪਿਤਾ ਜੀ ਰੇਲਵੇਜ਼ ਵਿੱਚ ਜੋਬ ਕਰਦੇ ਸੀਗੇ, ਇਸ ਕਰਕੇ ਉਹਨਾਂ ਦੀ ਪੋਸਟਿੰਗ ਵੈਸਟ ਬੰਗਾਲ 'ਚ ਸੀਗੀ ਜੀ, ਤਾਂ ਅਸੀਂ ਬੰਗਾਲ 'ਚ ਰਹੇ ਸੀਗੇ ਜੀ। ਸੋ ਡਾਕਟਰ ਸਾਹਿਬ, ਇਹ ਜਿਹੜਾ ਤੁਸੀਂ ਪ੍ਰੋਜੈਕਟ ਦਿੱਤਾ ਹੈ ਪੰਜਾਬੀ ਜਗਤ ਨੂੰ, ਇੱਕ ਸੱਚਮੁੱਚ ਇੱਕ ਵਿਲੱਖਣ ਤੁਹਾਡੀ ਪੇਸ਼ਕਸ਼ ਹੈ, ਔਰ ਜਿਹਨੇ ਪੂਰੀ ਦੁਨੀਆ ਨਾਲ ਸਾਨੂੰ ਜੋੜ ਦਿੱਤਾ ਹੈ, ਇਹਦੇ ਬਾਰੇ ਅਸੀਂ ਵਿਸਥਾਰ 'ਚ ਜਾਣਨਾ ਚਾਹਾਂਗੇ ਕਿ ਇਹ ਜਿਹੜਾ ਸੋਫਟਵੇਅਰ ਤੁਸੀਂ ਤਿਆਰ ਕੀਤਾ ਹੈ ਅੱਖਰ ਨਾਂ ਦਾ, ਜਿਹਨੇ ਪੰਜਾਬੀ ਨੂੰ ਨੈੱਟ ਇੰਟਰਨੈੱਟ ਦੇ ਉੱਤੇ ਲਿਆ ਕੇ ਬਹੁਤ ਸੌਖਾ ਕੁਝ ਕਰ ਦਿੱਤਾ ਹੈ, ਇਹ ਪ੍ਰੋਜੈਕਟ ਦੀ ਜਿਹੜੀ ਸ਼ੁਰੂਆਤ ਕਿਵੇਂ ਹੋਈ ਅਤੇ ਇਹਦਾ ਉਦੇਸ਼ ਜਿਹੜਾ ਉਹ ਕੀ ਰਿਹਾ? ਜਦੋਂ ਮੈਂ PhD ਸ਼ੁਰੂ ਕਰਨੀ ਸੀਗੀ ਅਤੇ ਪੰਜਾਬੀ ਯੂਨੀਵਰਸਿਟੀ ਵਿੱਚ ਹੋਣ ਕਰਕੇ ਮੇਰਾ ਮਨ ਇਹ ਸੀਗਾ ਵੀ ਕੰਪਿਊਟਰ ਸਾਇੰਸ ਵਿੱਚ ਕਿਸੇ ਐਸੇ ਵਿਸ਼ੇ 'ਤੇ PhD ਕੀਤੀ ਜਾ ਸਕੇ ਜਿਹਦੇ ਵਿੱਚ ਕਿ ਪੰਜਾਬੀ ਦੀ ਕੋਈ ਐਪਲੀਕੇਸ਼ਨ ਹੋਵੇ। ਅਤੇ ਮੈਂ ਗੁਰਮੁਖੀ ਦਾ OCR ਵਿਕਾਸ ਕਰਨ ਦੇ ਵਿਸ਼ੇ ਦੇ ਉੱਪਰ PhD ਕੀਤੀ ਹੈਗੀ ਆ। ਅਤੇ ਉਦੋਂ ਫਿਰ ਮੈਨੂੰ ਪਹਿਲੀ ਵਾਰ ਪੰਜਾਬੀ ਕੰਪਿਊਟਰ ਉੱਪਰ ਵਰਤਣੀ ਪਈ ਅਤੇ ਤਾਂ ਮੈਨੂੰ ਸਮੱਸਿਆਵਾਂ ਦਾ ਪਤਾ ਲੱਗਿਆ। ਮੈਨੂੰ ਪਤਾ ਲੱਗਿਆ ਵੀ ਪੰਜਾਬੀ ਦਾ ਕੋਈ ਸਟੈਂਡਰਡ ਕੀਬੋਰਡ ਨਹੀਂ ਹੈਗਾ, ਪੰਜਾਬੀ ਦਾ ਕੋਈ ਸਟੈਂਡਰਡ ਫੌਂਟ ਕਨਵਰਟਰ ਨਹੀਂ ਹੈਗਾ, ਪੰਜਾਬੀ ਦਾ ਕੋਈ ਸਪੈਲ ਚੈੱਕਰ ਨਹੀਂ ਹੈਗਾ ਆ। ਮੁਕਦੀ ਗੱਲ ਇਹ ਸੀਗੀ ਵੀ ਪੰਜਾਬੀ 'ਚ ਸਿਰਫ ਕੁਛ ਫੌਂਟਾਂ ਦਾ ਵਿਕਾਸ ਹੋਇਆ ਸੀਗਾ, ਉਸ ਦੇ ਇਲਾਵਾ ਪੰਜਾਬੀ ਦਾ ਕੋਈ ਵੀ ਇਸ ਤਰ੍ਹਾਂ ਦਾ ਸੋਫਟਵੇਅਰ ਨਹੀਂ ਸੀਗਾ ਜਿਹਦੇ ਨਾਲ ਕਿ ਅਸੀਂ ਪੰਜਾਬੀ ਸੌਖੇ ਤਰੀਕੇ ਨਾਲ ਵਰਤ ਸਕੀਏ। ਅਤੇ ਉਸੇ ਚੀਜ਼ ਨੂੰ ਅਸੀਂ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੰਜਾਬੀ ਦਾ ਵਰਡ ਪ੍ਰੋਸੈਸਰ ਬਣਾਇਆ ਜਿਹਦੇ ਵਿੱਚ ਕਿ ਪੰਜਾਬੀ ਦਾ ਸਪੈਲ ਚੈੱਕਰ ਹੈਗਾ ਆ, ਪੰਜਾਬੀ ਦੇ ਫੌਂਟਸ, ਇੱਕ ਫੌਂਟ ਤੋਂ ਦੂਜੇ ਫੌਂਟ ਕਨਵਰਸ਼ਨ ਦੀ ਫੈਸਿਲਿਟੀ ਹੈਗੀ ਆ, ਅਤੇ
एक जड़ी फैसिलिटी जड़ी के मैनू लगता है जी बहुत ज़्यादा जरूरत अजकल भी हैगी है वो हैगी पंजाबी टाइपिंग की फैसिलिटी, क्योंकि जिन्हें भी कंप्यूटर के ऊपर टाइप करना है पहली समस्या जी आती है वह हैगी भी पंजाबी किवें टाइप करे, पंजाबी दे इन्ने इन्ने डिफरेंट कीबोर्ड्स हैगे, इन्ने डिफरेंट फॉन्ट्स हैगे आ, ते उन्हूं समझ नहीं आता भी किस तरह वो टाइप करे, अगर एक फॉन्ट टाइप कर देता तो दूजे फॉन्ट जो नहीं पढ़िया जाता। ते बाकी जिवें कि असीं जाणदे आ जो कंप्यूटर का इजाद होया वो सिर्फ वैसटर्न दुनिया च होया सीगा, ते वह अंग्रेजी नूं मुख अगे रख के बनाया गया, उहदा नतीजा यह होया कि साढ़े कोल जिहड़े कीबोर्ड आ अज भी जिहड़े असीं वरतदे आ वह अंग्रेजी वाले ही आ, ते सानूं अगर उन्हां अंग्रेजी वाले कीबोर्ड दे उपर पंजाबी टाइप करनी पवे वह अपने आप च एक बड़ा वड्डा चैलेंज हुंदा आ जी। ते उहदे लई फिर असीं कोशिश यही कीती कि पंजाबी असीं रोमन च टाइप कर लईए तो अपने आप गुरमुखी विच नज़र आ जांदी आ। ਇਹ ਵਾਲੀ ਟੈਕਨੋਲੋਜੀ ਵੈਸੇ ਹੁਣ ਬਾਕੀ ਭਾਸ਼ਾਵਾਂ ਲਈ ਵੀ ਕਾਫੀ ਪ੍ਰਚਲਿਤ ਹੋਣ ਲੱਗੀ ਆ, ਈਵਨ ਗੂਗਲ ਯਾਹੂ ਸਾਰਿਆਂ ਨੇ ਹੁਣ ਇਹ ਫੈਸਿਲਿਟੀ ਦੇਣੀ ਸ਼ੁਰੂ ਕਰ ਦਿੱਤੀ ਆ ਕਿ ਅਸੀਂ ਅਗਰ ਹਿੰਦੀ ਜਾਂ ਤਮਿਲ ਟਾਈਪ ਕਰਨੀ ਆ ਤਾਂ ਅਸੀਂ ਰੋਮਨ 'ਚ ਟਾਈਪ ਕਰਦੇ ਹਾਂ ਉਹਨਾਂ ਭਾਸ਼ਾਵਾਂ 'ਚ ਟਾਈਪ ਹੋ ਜਾਂਦੀ ਆ। ਇਹੀ ਫੈਸਿਲਿਟੀ ਅਸੀਂ ਆਪਣੇ ਵਰਡ ਪ੍ਰੋਸੈਸਰ 'ਚ ਦਿੱਤੀ ਆ ਕਿ ਅਸੀਂ ਰੋਮਨ 'ਚ ਲਿਖੀਏ, ਰੋਮਨ ਦਾ ਮਤਲਬ ਕਿ ਮੈਂ ਭਾਸ਼ਾ ਪੰਜਾਬੀ ਹੋਏਗੀ ਪਰ ਮੈਂ ਲਿਖਾਂਗਾ ਅੰਗਰੇਜ਼ੀ, ਜਿਵੇਂ ਮੈਂ ਲਿਖਦਾ ਕੀ ਹਾਲ ਹੈ ਤਾਂ ਮੈਂ ਉਹਨੂੰ ਕੇ ਆਈ ਕੀ ਐਚ ਏ ਡਬਲ ਐਲ ਹਾਲ ਐਚ ਏ ਆਈ ਹੈ ਇਸ ਤਰ੍ਹਾਂ ਲਿਖਾਂਗਾ, ਔਰ ਜਿੱਦਾਂ ਮੈਂ ਰੋਮਨ 'ਚ ਲਿਖਾਂਗਾ ਕੰਪਿਊਟਰ ਆਪਣੇ ਆਪ ਉਹਨੂੰ ਪਹਿਚਾਣ ਕੇ ਗੁਰਮੁਖੀ ਵਿੱਚ ਕਨਵਰਟ ਕਰ ਦੇਗਾ। ਇਹਦੇ ਨਾਲ ਸਾਡੀ ਜਿਹੜੀ ਟਾਈਪਿੰਗ ਦੀ ਸਮੱਸਿਆ ਵੀ ਸੌਖੀ ਹੋ ਜਾਂਦੀ ਆ ਅਤੇ ਸਪੈਲ ਚੈੱਕ ਦੀ ਵੀ ਸਮੱਸਿਆ ਸੌਖੀ ਹੋ ਜਾਂਦੀ, ਕਿਉਂਕਿ ਕੰਪਿਊਟਰ ਆਪਣੇ ਆਪ ਹੀ ਸਹੀ ਸਪੈਲਿੰਗ ਵੀ ਲਗਾ ਲੈਂਦਾ ਹੈਗਾ, ਸਿਹਾਰੀ ਆ ਬਿਹਾਰੀ ਔਂਕੜ ਦੁਲੈਂਕੜ ਕਿੱਥੇ ਕਿੱਦਾਂ ਲਾਉਣਾ ਹੈਗਾ ਉਹ ਵੀ ਕੰਪਿਊਟਰ ਆਪਣੇ ਆਪ ਜੱਜ ਕਰ ਲੈਂਦਾ ਆ। ਸੋ ਇਹ ਹੈ ਕਿ ਬੰਦੇ ਨਾਲੋਂ ਵੀ ਜ਼ਿਆਦਾ ਸਿਆਣਾ ਹੋ ਗਿਆ ਕੰਪਿਊਟਰ। ਬੰਦੇ ਨਾਲ ਸਿਆਣਾ ਨਹੀਂ ਹੋ ਸਕਦਾ, ਸਿਰਫ ਕੰਪਿਊਟਰ ਦੇ ਵਿੱਚ ਦੋ ਖਾਸੀਅਤ ਹੈ ਜਿਹਨਾਂ ਕਰਕੇ ਸਾਨੂੰ ਲੱਗਦਾ ਵੀ ਸਿਆਣਾ ਆ। ਇੱਕ ਤਾਂ ਇਹ ਆ ਵੀ ਕੰਪਿਊਟਰ ਗਲਤੀ ਨਹੀਂ ਕਰਦਾ, ਦੂਜਾ ਇਹ ਵੀ ਉਹਦੇ 'ਚ ਮੈਮਰੀ ਬਹੁਤ ਜ਼ਿਆਦਾ ਹੈਗੀ ਆ, ਉਹਦੀ ਸਪੀਡ ਬਹੁਤ ਜ਼ਿਆਦਾ, ਬੇਸਿਕਲੀ ਸਪੀਡ ਅਤੇ ਮੈਮਰੀ ਕਰਕੇ ਉਹ ਬਹੁਤ ਸਾਨੂੰ ਲੱਗਦਾ ਵੀ ਬਹੁਤ ਛੇਤੀ ਚੀਜ਼ਾਂ ਕਰ ਰਿਹਾ। ਹੁਣ ਜਿਵੇਂ ਕਿ ਮੈਂ ਦੱਸਿਆ ਵੀ ਸਪੈਲ ਚੈਕਿੰਗ ਕਰ ਸਕਦਾ, ਗਲਤੀਆਂ ਕੱਢ ਸਕਦਾ, ਉਹਦੇ ਲਈ ਅਸੀਂ ਕੀ ਕੀਤਾ ਹੈਗਾ ਵੀ ਉਹਨੂੰ ਅਸੀਂ ਬਹੁਤ ਵੱਡਾ ਇੱਕ ਡੇਟਾਬੇਸ, ਅਸੀਂ 1 ਕਰੋੜ ਤੋਂ ਵੀ ਵੱਧ ਸ਼ਬਦ ਜਿਹੜੇ ਹੈਗੇ ਆ ਕੰਪਿਊਟਰ 'ਚ ਭਰ ਦਿੱਤੇ ਆ, ਅਤੇ ਉਹਨਾਂ ਸ਼ਬਦਾਂ ਦੇ ਬੇਸਿਸ ਉੱਪਰ ਕੰਪਿਊਟਰ ਆਪਣੇ ਆਪ ਗਲਤੀਆਂ ਸਾਡੀ ਸੁਧਾਰ ਦਿੰਦਾ ਆ, ਕਿਉਂਕਿ ਕੰਪਿਊਟਰ ਇੰਨਾ ਫਾਸਟ ਹੈਗਾ ਇਸ ਲਈ ਫਟਾਫਟ 1 ਕਰੋੜ ਸ਼ਬਦਾਂ ਵਿੱਚੋਂ ਕੋਈ ਵੀ ਅਸੀਂ ਗਲਤੀ ਕਰੀਏ ਉਹਨੂੰ ਲੱਭ ਲੈਂਦਾ ਹੈਗਾ, ਜਿਹੜੀ ਕਿ ਆਮ ਬੰਦੇ ਲਈ ਬੜੀ ਮੁਸ਼ਕਿਲ ਲੱਗਦੀ ਹੈਗੀ ਆ ਜੀ। ਡਾਕਟਰ ਸਾਹਿਬ ਇਹ ਤਾਂ ਬਹੁਤ ਤੁਸੀਂ ਵਧੀਆ ਜਿਹੜਾ ਉਪਰਾਲਾ ਕੀਤਾ, ਔਰ ਮੈਂ ਸਮਝਦਾ ਕਿ ਜਦੋਂ ਵੀ ਕੋਈ ਪੰਜਾਬੀ ਦੇ ਵਿੱਚ ਮੈਂ ਸਮਝਦਾ ਕਿ ਗੱਲ ਕਰਦਾ ਕੰਪਿਊਟਰ ਦੀ ਤਾਂ ਡਾਕਟਰ ਲਹਿਲ ਦਾ ਨਾਂ ਜਿਹੜਾ ਆਉਂਦਾ, ਔਰ ਮੈਂ ਇਹਦੇ ਨਾਲ ਇਹ ਦੱਸਣਾ ਚਾਹਾਂਗਾ ਸਾਡੇ ਸੁਣਨ ਵਾਲਿਆਂ ਨੂੰ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਜਿਹੜੀ ਸਥਾਪਨਾ ਹੋਈ ਸੀ ਜਦੋਂ ਇਹਦਾ ਐਕਟ ਬਣਾਇਆ ਗਿਆ ਸੀ ਇਹਨੂੰ ਬਣਾਉਣ ਵਾਸਤੇ, ਤਾਂ ਉਹਦੇ ਵਿੱਚ ਇਹ ਮਕਸਦ ਰੱਖਿਆ ਗਿਆ ਸੀ, ਉਦੇਸ਼ ਰੱਖਿਆ ਗਿਆ ਸੀ ਕਿ ਇਹ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਜਿਹੜੀ ਆ ਉਹ ਕੰਮ ਕਰੇਗੀ। ਅਤੇ ਸੁਣਨ ਵਾਲਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਦੁਨੀਆ ਦੀ ਇਹ ਦੂਸਰੀ ਯੂਨੀਵਰਸਿਟੀ ਆ ਜਿਹੜੀ ਭਾਸ਼ਾ ਦੇ ਨਾਂ ਦੇ ਉੱਤੇ ਬਣੀ ਹੈ, ਇਸ ਤੋਂ ਪਹਿਲਾਂ ਇੱਕ ਯੂਨੀਵਰਸਿਟੀ ਇਜ਼ਰਾਈਲ ਦੇ ਵਿੱਚ ਹੈ ਅਤੇ ਦੂਸਰੀ ਯੂਨੀਵਰਸਿਟੀ ਇਹ ਹੈ। ਸੋ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪਿਛਲੇ ਲੰਮੇ ਸਮੇਂ ਦੇ ਵਿੱਚ ਡਾਕਟਰ ਸਾਹਿਬ ਬਹੁਤ ਕੰਮ ਯੂਨੀਵਰਸਿਟੀ ਨੇ ਕੀਤਾ ਕਿ ਜਿੰਨੀਆਂ 20 ਕਿਤਾਬਾਂ ਵਰਲਡ ਕਲਾਸਿਕ ਸੀਗੀਆਂ ਉਹ ਪੰਜਾਬੀ ਦੇ ਵਿੱਚ ਅਨੁਵਾਦ ਕਰਾਈਆਂ ਗਈਆਂ, ਇਸੇ ਤਰ੍ਹਾਂ ਸਾਇੰਸ ਦੀਆਂ ਕਿਤਾਬਾਂ ਵੀ ਅਨੁਵਾਦ ਕਰਾਈਆਂ ਗਈਆਂ, ਔਰ ਭਾਸ਼ਾ ਦੇ ਵਿੱਚ ਮੀਡੀਅਮ ਕਨਵਰਸ਼ਨ ਸਕੀਮ ਚਲਾਈ ਗਈ ਜਿਹਦੇ ਵਿੱਚ ਬਹੁਤ ਸਾਰੇ ਇਨਾਮ ਦੇ ਕੇ ਕਿਤਾਬਾਂ ਵੀ ਛਪਾਈਆਂ ਗਈਆਂ। ਪਰ ਇੱਕ ਸਮਾਂ ਆ ਗਿਆ ਸੀ ਜਦੋਂ ਇਹ ਲੱਗ ਰਿਹਾ ਸੀ, ਜਦੋਂ ਕੰਪਿਊਟਰ ਚਾਰੇ ਪਾਸੇ ਆ ਗਿਆ ਸੀ ਅਤੇ ਲੱਗ ਰਿਹਾ ਸੀ ਕਿ ਯੂਨੀਵਰਸਿਟੀ ਦਾ ਜਿਹੜਾ ਉਦੇਸ਼ ਸੀ ਉਹ ਸ਼ਾਇਦ ਠੱਪ ਹੋ ਜਾਏਗਾ, ਪਰ ਤੁਹਾਡੇ ਵੱਲੋਂ ਇਹ ਅੱਖਰ ਸੋਫਟਵੇਅਰ ਤਿਆਰ ਕਰਨ ਦੇ ਨਾਲ ਯੂਨੀਵਰਸਿਟੀ ਦੇ ਜਿਹੜੇ ਬਣਾਉਣ ਵਾਲਿਆਂ ਨੇ ਇਹ ਉਦੇਸ਼ ਮਨ 'ਚ ਰੱਖਿਆ ਸੀ ਉਦੋਂ ਕਿ ਪੰਜਾਬੀ ਭਾਸ਼ਾ ਨੂੰ ਵਿਕਾਸ ਕਰਨਾ, ਉਹ ਮੈਂ ਸਮਝਦਾ ਸਹੀ ਰੂਪ ਵਿੱਚ ਹੁਣ ਅਮਲ ਵਿੱਚ ਆਇਆ ਜਦੋਂ ਕਿ ਪੰਜਾਬੀ ਭਾਸ਼ਾ ਅੱਖਰ ਤੁਹਾਡੇ ਸੋਫਟਵੇਅਰ ਦੇ ਜ਼ਰੀਏ ਪੂਰੀ ਦੁਨੀਆ ਵਿੱਚ ਜਿਹੜੀ ਆ ਉਹ ਪਹੁੰਚ ਗਈ ਹੋਈ ਆ, ਹੁਣ ਹਰ ਇੱਕ ਥਾਂ ਦੇ ਉੱਤੇ ਜਿਹੜੀ ਇਹਦੀ ਵਰਤੋਂ ਕੀਤੀ ਜਾ ਰਹੀ ਹੈ। ਇਹ ਜਿਹੜਾ ਅੱਖਰ ਤੁਸੀਂ ਸੋਫਟਵੇਅਰ ਤਿਆਰ ਕੀਤਾ ਜਾਂ ਇਹਦੇ ਨਾਲ ਤੁਸੀਂ ਹੋਰ ਵੀ ਬਹੁਤ ਸਰਚ ਇੰਜਣ ਵੀ ਤੁਸੀਂ ਪੰਜਾਬੀ ਦੇ ਵਿੱਚ ਬਣਾਇਆ, ਇਹਦਾ ਪ੍ਰੋਸੈਸ ਕਿੰਨਾ ਕੁ ਲੰਮਾ ਰਿਹਾ, ਕਿੰਨੇ ਕੁ ਲੋਕ ਜੁੜੇ ਰਹੇ ਇਹਦੇ ਨਾਲ, ਔਰ ਕਿਸ ਕਿਸਮ ਦੀਆਂ ਸਮੱਸਿਆਵਾਂ ਤੁਹਾਨੂੰ ਜਿਹੜੀਆਂ ਆਈਆਂ? ਮੈਂ ਥੋੜ੍ਹਾ ਬਰੀਫਲੀ ਆਪਣੇ ਸੈਂਟਰ ਬਾਰੇ ਦੱਸਣਾ ਚਾਹਾਂਗਾ ਜੀ। ਸੰਨ 2004 ਵਿੱਚ ਸਾਡਾ ਇਹ ਸੈਂਟਰ ਇਸਟੈਬਲਿਸ਼ ਹੋਇਆ ਸੀਗਾ, ਜਿਹਦਾ ਕਿ ਮੁੱਖ ਉਦੇਸ਼ ਇਹੀ ਸੀਗਾ ਕਿ ਕਿਵੇਂ ਇਸ ਕੰਪਿਊਟਰ ਦੇ ਯੁੱਗ ਵਿੱਚ ਅਸੀਂ ਪੰਜਾਬੀ ਨੂੰ ਕੰਪਿਊਟਰ ਦਾ ਹਾਣੀ ਬਣਾ ਸਕੀਏ ਅਤੇ ਕਿਵੇਂ ਕੰਪਿਊਟਰ ਅਤੇ ਇੰਟਰਨੈਟ ਰਾਹੀਂ ਅਸੀਂ ਪੰਜਾਬੀ ਦਾ ਫੈਲਾਅ ਅਤੇ ਵਿਕਾਸ ਕਰ ਸਕੀਏ। ਇਸ ਦੇ ਵਿੱਚ ਅਸੀਂ ਕਾਫੀ ਹੋਰ ਵੀ ਪ੍ਰੋਜੈਕਟਸ ਕੀਤੇ ਹੈਗੇ ਆ, ਜਿਹਨਾਂ 'ਚੋਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਪ੍ਰੋਜੈਕਟ ਕੀਤਾ ਉਹ ਹੈਗਾ ਕੰਪਿਊਟਰ ਦੇ ਉੱਪਰ
ਪੰਜਾਬੀ ਸਿਖਾਉਣ ਦੀ ਇੱਕ ਵੈਬਸਾਈਟ ਤਿਆਰ ਕੀਤੀ। ਉਹ ਸਾਡੀ ਵੈਬਸਾਈਟ ਸਾਰੀ ਦੁਨੀਆ 'ਚ ਕਾਫੀ ਪਾਪੂਲਰ ਆ। ਇਨਫੈਕਟ ਅਸੀਂ ਹਿਟਸ ਤੋਂ ਨੋਟ ਕੀਤਾ ਕਿ 113 ਦੇਸ਼ਾਂ ਵਿੱਚ ਤੋਂ ਲੋਕ ਉਸ ਵੈਬਸਾਈਟ ਦੇ ਉੱਪਰ ਆ ਕੇ ਪੰਜਾਬੀ ਸਿੱਖ ਰਹੇ ਹਨ। ਖਾਸ ਕਰ USA, ਕੈਨੇਡਾ ਅਤੇ UK ਵਿੱਚ ਤਾਂ ਇਹ ਈਵਨ ਸਕੂਲਾਂ ਵਿੱਚ ਵੀ ਦਿਖਾਈ ਇਹਨੂੰ ਦਿਖਾ ਕੇ ਇਹਦੇ ਰਾਹੀਂ ਪੰਜਾਬੀ ਸਿਖਾਉਂਦੇ ਆ। ਇਸ ਵੈਬਸਾਈਟ 'ਚ ਅਸੀਂ ਕੰਪਿਊਟਰ ਦੇ ਉੱਪਰ ਪੰਜਾਬੀ ਦੀਆਂ ਗੇਮਸ, ਪੰਜਾਬੀ ਦੀ ਕੁਇਜ਼ਸ, ਪੰਜਾਬੀ ਦੀ ਸਟੋਰੀਜ਼, ਮੁਹਾਰਨੀ, ਭੁਲਾਵੇਂ ਅੱਖਰ, ਨਰਸਰੀ ਰਾਈਮਸ, ਇਹ ਸਾਰੀਆਂ ਪੰਜਾਬੀ 'ਚ ਰੱਖੀਆਂ ਹੈਗੀਆਂ। ਔਰ ਇਹ ਸਾਰੇ ਇੰਨੇ ਆਕਰਸ਼ਕ ਤਰੀਕੇ ਨਾਲ ਪੇਸ਼ ਕੀਤੇ ਜਾਂਦੇ ਵੀ ਬੱਚਾ ਆਪਣੇ ਆਪ ਹੀ ਸਾਡੀ ਵੈਬਸਾਈਟ ਤੋਂ ਆ ਕੇ ਪੰਜਾਬੀ ਸਿੱਖ ਰਿਹਾ ਹੈਗਾ। ਡਾਕਟਰ ਸਾਹਿਬ, ਵੈਬਸਾਈਟ ਦਾ ਕੀ ਨਾਂ ਹੈ ਉਹਦਾ? ਹਾਂਜੀ, ਇਹਦਾ ਨਾਮ ਹੈਗਾ www.learnpunjabi, LEARN ਲਰਨ, PUNJABI, ਪੰਜਾਬੀ.org.org। ਜੀ, ਇਸ ਵੈਬਸਾਈਟ ਨੂੰ ਡਿਵੈਲਪ ਕਰਨ ਲਈ ਸਾਨੂੰ ਮਹਾਰਾਣੀ ਪ੍ਰਨੀਤ ਕੌਰ ਵੱਲੋਂ 20 ਲੱਖ ਦੀ ਗ੍ਰਾਂਟ ਦਿੱਤੀ ਗਈ ਸੀਗੀ ਉਹਨਾਂ ਦੇ MP ਲੋਕਲ ਏਰੀਆ ਡਿਵੈਲਪਮੈਂਟ ਫੰਡ ਵੱਲੋਂ। ਜੀ, ਇਹ ਤਾਂ ਇੱਕ ਸਾਡੇ ਸੈਂਟਰ ਦੀ ਮੈਨੂੰ ਲੱਗਦਾ ਹੈ ਅਤੇ ਸਾਡੇ ਯੂਨੀਵਰਸਿਟੀ ਦੀ ਇੱਕ ਪਹਿਲੀ ਪ੍ਰਾਪਤੀ ਹੈ ਵੀ ਕਿਵੇਂ ਅਸੀਂ ਕੰਪਿਊਟਰ ਰਾਹੀਂ ਪੰਜਾਬੀ ਦਾ ਵਿਕਾਸ ਅਤੇ ਫੈਲਾਅ ਕਰ ਰਹੇ ਹੈਗੇ ਹਾਂ।